ਰਾਮ ਮੋ ਮਹਤਾਸ ਮਹਿ ਰੰਚਕ ਨਾ ਹਿੰ ਨੀਵ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਭ ਸਿੰਘਨ ਕੋ ਸੰਗ ਲਾ ਉਦੇ ਸਿੰਘ ਬਲ ਸੂਰ ਗੁਰੂ ਨਿਕਟ ਪਦ ਪਾਏ ਬਡ ਜਗ ਮਹਿ ਜਸ ਭਰਪੂਰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਮਟਪਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰ ਰਹੇ ਹੋ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਾਨੀ ਸਤਗੁਰੂ ਜੀ ਨੇ 6 ਸਤ ਪਉ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਕਿਲੇ ਦਾ ਤਿਆਗ ਕੀਤਾ ਹੈ ਤਾਂ ਸਰਸਾ ਨਦੀ ਦੇ ਕੰਢੇ ਤੋਂ ਪਹਿਲਾਂ ਸਾਈ ਟਿੱਬੀ ਤੇ ਬੜਾ ਕਮਸਾਨ ਦਾ ਜੰਗ ਮਚਿਆ ਹੈ ਸਹਬਜਾਦਾ ਬਾਬਾ ਜੀਤ ਸਿੰਘ ਜੀ ਪਿੱਛੋਂ ਆ ਰਹੀ ਦੁਸ਼ਮਣ ਦੀ ਲੱਖਾਂ ਫੌਜਾਂ ਨੂੰ ਠੱਲ ਕੇ ਖਲੋ ਗਏ 10ਵੇਂ ਪਾਤਸ਼ਾਹ ਨੇ ਪਿਛਲੇ ਪਾਸਿਓਂ ਜੰਗ ਦੀ ਆਵਾਜ਼ ਸੁਣ ਕੇ ਭਾਈ ਉਦੇ ਸਿੰਘ ਜੀ ਨੂੰ ਭੇਜਿਆ ਕਿ ਜਾਓ ਜਰਨੈਲ ਭਾਈ ਉਦੇ ਸਿੰਘ ਜੀ ਸਹਬ ਜਾਦਾ ਜੀਤ ਸਿੰਘ ਨੂੰ ਸਾਡੇ ਕੋਲ ਲੈ ਕੇ ਆਓ ਮਹਾਰਾਜ ਸੱਚੇ ਪਾਤਸ਼ਾਹ ਤੋਂ ਥਾਪੜੀ ਲੈ ਕੇ ਬਖਸ਼ਿਸ਼ ਲੈ ਕੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਜੰਗ ਨੂੰ ਚੜ੍ਹੇ ਹਨ ਔਰ ਬੜਾ ਕਮਸਾਨ ਦਾ ਜੁੱਧ ਕਰਕੇ ਲਗਭਗ 4.5 ਘੰਟੇ ਜੁੱਧ ਕਰਕੇ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਦੀ ਸ਼ਹਾਦਤ ਨੂੰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਜੋ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ ਆਓ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ ਮਾਨਵ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਸਿੰਘਨ ਕੋ ਸੰਗ ਲੈ ਭਾਈ ਸਾਹਿਬ ਪਾਈ ਉਹਦੇ ਸਿੰਘ ਜੀ ਆਪਣੇ 50 ਸਾਥੀਆਂ ਨੂੰ ਨਾਲ ਲੈ ਕੇ ਬੜੀ ਬਹਾਦਰੀ ਨਾਲ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਛਾਈ ਟਿੱਬੀ ਤੇ ਸ਼ਹੀਦ ਹੋਏ ਉਥੋਂ ਨੇੜੇ ਹੀ ਉਹ ਪਿੰਡ ਹੈ ਟਾਰੀ ਜਿੱਥੇ ਸਾਧ ਸੰਗਤ ਜੀ ਭਾਈ ਸਾਹਿਬ ਜੀ ਦਾ ਕਲਮ ਪਿਰਸ਼ ਦਾ ਦਰਖਤ ਅੱਜ ਵੀ ਮੋਢਾ ਖੜਾ ਹੈ ਉਥੇ ਜਾ ਕੇ ਸ਼ਹਾਦਤ ਦਾ ਜਾਮ ਪੀ ਗਏ ਉਹ ਸਾਰੀ ਧਰਤੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ ਸ੍ਰੀ ਅਨਾਦਪੁਰ ਸਾਹਿਬ ਜੀ ਦਾ ਚੱਪਾ ਚੱਪਾ ਸ੍ਰੀ ਕੀਰਤਪੁਰ ਸਾਹਿਬ ਪਰਿਵਾਰ ਵਿਛੋੜਾ ਰੋਪੜ ਤੱਕ ਚਮਕੌਰ ਸਾਹਿਬ ਤੱਕ ਸਾਰੇ ਪਿੰਡ ਜਿਹੜੇ ਹਨ ਉਹ ਸਾਧ ਸੰਗਤ ਜੀ ਸ਼ਹੀਦਾ ਸਿੰਘਾਂ ਦੇ ਚਰਨਾਂ ਦੀ ਛੂ ਨਾਲ ਪਵਿੱਤਰ ਹੋਏ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਨ ਜਰਨੈਲ ਯੋਧੇ ਜੰਗੀ ਜਰਨੈਲ ਖਾਲਸਾਈ ਫੌਜਾਂ ਦੇ ਜਰਨੈਲ ਭਾਈ ਉਦੇ ਸਿੰਘ ਜੀ ਆਪਣੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਉਦੇ ਸਿੰਘ ਬਲਸੂਰ ਜਿਹੜਾ ਸਾਧ ਸੰਗਤ ਜੀ ਉਦੇ ਸਿੰਘ ਸੀ ਉਹ ਮਹਾਸੂਰ ਮਾਸੀ ਬਲਵਾਨ ਸੀ ਦੂਜਾ ਬਾਲਦਾ ਉਹ ਸੂਰਜ ਸੀ ਬਾਲ ਸੂਰਜ ਜਿਵੇਂ ਸੂਰਜ ਵਰਗਾ ਪ੍ਰਕਾਸ਼ ਦੁਨੀਆ ਦੇ ਕੋਈ ਹੈ ਹੀ ਨਹੀਂ ਕਿਸੇ ਕੋਲ ਜਿੰਨੀ ਸੂਰਜ ਕੋਲ ਤਾਕਤ ਹੈ ਐਵੇਂ ਭਾਈ ਉਹਦੇ ਸਿੰਘ ਜੀ ਖਾਲਸਾ ਹੀ ਫੌਜਾਂ ਦੇ ਚਮਕਦੇ ਸੂਰਜ ਸਨ ਗੁਰੂ ਨਿਕਟ ਪਦ ਪਾਏ ਬੜ ਭਾਈ ਉਹਦੇ ਸਿੰਘ ਜੀ ਸਤਗੁਰੂ ਕਲਗੀਧਰ ਪਾਤਸ਼ਾਹ ਦੇ ਚਰਣਾ ਵਿੱਚ ਹੀ ਸਮਾ ਗਏ ਨੇ ਕਿਉਂਕਿ ਸਿੰਘਾਂ ਨੇ ਜਾਣਾ ਕਿੱਥੇ ਹੈ ਗੁਰੂ ਦੀ ਨਗਰੀ ਉਹ ਨਾ ਜਾਣ ਬੈਕੁੰਠ ਧਾਮ ਨਾਉ ਚਾਣ ਮੁਕਤੀ ਦਾ ਚਾਣ ਰਾਜ ਭਾਗ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮ ਲਾਰੇ ਉਹਦਾ ਬਸ ਗੁਰੂ ਮਹਾਰਾਜ ਦੇ ਚਰਨਾਂ ਨਾਲ ਪ੍ਰੀਤ ਚਾਹੁੰਦੇ ਆ ਵੀ ਜਿੱਥੇ ਮੇਰਾ ਸਤਿਗੁਰੂ ਹੈ ਉੱਥੇ ਮੇਰਾ ਵਾਸਾ ਹੋਵੇ ਸ਼ਹਾਦਤਾਂ ਪਾ ਕੇ ਭਾਈ ਉਹਦੇ ਸਿੰਘ ਜੀ ਗੁਰੂ ਦੇ ਚਰਨਾਂ 'ਚ ਜਾ ਬਿਰਾਜੇ ਹਨ ਜਗ ਮਹਿ ਜਸ ਭਰਪੂਰ ਔਰ ਇਹ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹੇਗਾ ਜਦੋਂ ਤਾਈ ਗੁਰੂ ਦਾ ਖਾਲਸਾ ਪੰਥ ਰਹੇਗਾ ਭਾਈ ਸਾਭ ਭਾਈ ਉਹਦੇ ਸਿੰਘ ਜੀ ਦਾ ਜਸ ਸੰਸਾਰ ਦੇ ਵਿੱਚ ਕਾਇਮ ਰਹੇਗਾ ਉਹਨਾਂ ਦਾ ਜਸ ਦੁਨੀਆ ਦੀ ਕੋਈ ਤਾਕਤ ਮਿਟਾ ਨਹੀਂ ਸਕਦੀ ਜੇ ਪਰਲੋ ਆ ਜਾਏਗੀ ਦੁਬਾਰਾ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਵੇਗੀ ਤਾਂ ਵੀ ਭਾਈ ਉਹਦੇ ਸਿੰਘ ਦਾ ਜਸ ਭਰਪੂਰ ਰਹੇਗਾ ਕਿਉਂਕਿ ਉਹ ਜੋਤਾਂ ਸਦਾ ਹੀ ਪ੍ਰਕਾਸ਼ਮਾਨ ਮਹਾਬਲੀ ਜੋਦੇ ਚੰਗੀ ਜਰਨੈਲ ਭਾਈ ਉਹਦੇ ਸਿੰਘ ਜੀ ਹਨ ਉਜੰਗ ਪ੍ਰਿਆਤ ਛੰਦ ਸਬੈ ਸਿੰਘ ਸੂਰੇ ਜਬੈ ਮਾਰ ਲੀਨੇ ਜਦੋਂ ਸਾਧ ਸੰਗਤ ਜੀ 50 ਦੇ 50 ਸਿੰਘ ਤੁਰਕਾਂ ਨੇ ਮਾਰ ਲਏ ਬੜੀ ਬਹਾਦਰੀ ਨਾਲ ਲੜਦੇ ਹੋਏ ਸਿੰਘ ਸ਼ਹੀਦੀਆਂ ਪਾਉਂਦੇ ਰਹੇ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜਾ ਖੇਤ ਭਾਈ ਉਹਦੇ ਸਿੰਘ ਜੀ ਸਾਢੇ 4 ਘੰਟੇ ਜੰਗ ਲੜਿਆ ਔਰ ਸਾਰੀ ਰਾਤ ਤੁਰਕ ਪਹਾੜੀਆਂ ਨੂੰ ਤੁਰਕਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ ਉਹਨਾਂ ਨੂੰ ਇਹੀ ਭੁਲੇਖਾ ਪੈਂਦਾ ਰਿਹਾ ਵੀ ਇਹ ਗੁਰੂ ਗੋਬਿੰਦ ਸਿੰਘ ਸੀ ਇਹ ਗੁਰੂ ਗੋਬਿੰਦ ਸਿੰਘ ਲੜ ਰਿਹਾ ਹੈ ਸੋ ਇੰਨੇ ਬਹਾਦਰੀ ਨਾਲ ਮਾਹਬਲੀ ਭਾਈ ਉਦੇਸ ਸਿੰਘ ਜੀ ਲੜ ਕੇ ਸ਼ਹੀਦ ਹੋ ਗਏ ਪਹਾੜੀ ਮਲੇਛ ਬਿ ਲੋਕੈ ਸੁਚੀਨੇ ਜਦੋਂ ਵੇਖਿਆ ਸਾਰੇ ਸਿੰਘ ਸ਼ਹੀਦ ਹੋ ਗਏ ਨੇ ਹੁਣ ਸਾਡੇ ਸਾਹਮਣੇ ਖਲੋਣ ਵਾਲਾ ਕੋਈ ਨਹੀਂ ਮਲੇਸ਼ਾ ਨੇ ਤੇ ਪਹਾੜੀਆਂ ਨੇ ਮੈਦਾਨ ਜਦੋਂ ਸਾਫ਼ ਵੇਖਿਆ ਮਹਾਮੋਦ ਧਾਰਿਓ ਗੁਰੂ ਮਾਰ ਲੀਨੋ ਪਹਾੜੀਏ ਬੜੇ ਖੁਸ਼ ਨੇ ਮੁਗਲ ਬੜੇ ਖੁਸ਼ ਨੇ ਪਠਾਨ ਬੜੇ ਖੁਸ਼ ਨੇ ਖੁਸ਼ੀ ਕਾਦੀ ਹੈ ਕਿ ਜਿਹੜਾ ਗੁਰੂ ਪਿਛਲੇ 30 30 ਸਾਲਾਂ ਤੋਂ ਸਾਨੂੰ ਟਿਕਣ ਨਹੀਂ ਸੀ ਦਿੰਦਾ ਜਿਸ ਨੇ 30 ਸਾਲ ਤੋਂ ਸਾਡੀ ਸਰਕਾਰ ਦੀ ਨੀਂਦ ਆਰਾਮ ਕੀਤੀ ਸੀ ਅੱਜ ਗੁਰੂ ਅਸੀਂ ਮਾਰ ਲਿਆ ਹੈ ਬੜੇ ਖੁਸ਼ ਹੋਏ ਹਨ ਭਾਈ ਉਹਦੇ ਸਿੰਘ ਨੂੰ ਮਾਰ ਕੇ ਖੁਸ਼ੀ ਮਨਾ ਰਹੇ ਗੁਰੂ ਗੋਬਿੰਦ ਸਿੰਘ ਨੂੰ ਮਾਰਨ ਦੀ ਹਾਂਜੀ ਫਤਿਹ ਅੱਜ ਹੋਈ ਨਹੀਂ ਜਾਣ ਦੀਨੋ ਅੱਜ ਸਾਡੀ ਫਤਿਹ ਹੋਈ ਹੈ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਜੰਗ ਤੋਂ ਜਾਣ ਨਹੀਂ ਦਿੱਤਾ ਜਿਸੀਨੇ ਪਹਾੜੀ ਕਨੇਰੇ ਖਪਾਏ ਜਿਸ ਗੁਰੂ ਗੋਬਿੰਦ ਸਿੰਘ ਨੇ ਬੜੇ ਪਹਾੜੀਏ ਬਾਦ ਸਾਡੀਆਂ ਫੌਜਾਂ ਮਾਰੀਆਂ ਸਨ ਪਹਾੜੀਏ ਮਾਰੇ ਸਨ ਚਿਰੰਕਾਲ ਬੀਤਾ ਮਹਾਜੰਗ ਪਾਏ ਔਰ 30 ਸਾਲ ਹੋ ਗਏ ਜਦੋਂ ਦਾ ਇਹ ਗੱਦੀ ਤੇ ਬੈਠਾ ਇਹਨੇ ਸਾਨੂੰ ਸੌਣ ਨਹੀਂ ਦਿੱਤਾ ਸਦਾ ਹੀ ਜੰਗ ਦੇ ਮੈਦਾਨ 'ਚ ਰਹਿੰਦਾ ਸੀ ਇਹ ਗੁਰੂ ਇਹ ਸਾਨੂੰ ਟਿਕਣ ਨਹੀਂ ਸੀ ਦਿੰਦਾ ਕਨਿਸ਼ਾ ਹਕੀਸਨ ਜੂਜੰਤ ਮਾਰੀ ਸਾਡੀਆਂ ਫੌਜਾਂ ਲੱਖਾਂ ਦੇ ਹਿਸਾਬ ਨਾਲ ਗੁਰੂ ਨੇ ਮਾਰ ਦਿੱਤੀਆਂ ਸਾਡੇ ਕੇਸਰੀ ਚੰਦ ਵਰਗੇ ਰਾਜੇ ਗੁਰੂ ਨੇ ਮਾਰ ਦਿੱਤੇ ਸਾਡੇ ਪਹਾੜੀਆਂ ਦੇ ਹਾਥੀਆਂ ਦੇ ਮੱਥੇ ਗੁਰੂ ਨੇ ਪਾੜ ਦਿੱਤੇ ਅੱਜ ਉਹ ਗੁਰੂ ਮਾਰਿਆ ਗਿਆ ਹੈ ਜਿਨੇ ਔਰੰਗਜ਼ੇਬ ਦੀਆਂ ਹਜ਼ਾਰਾਂ ਲੱਖਾਂ ਫੌਜਾਂ ਮਾਰ ਦਿੱਤੀਆਂ ਸਨ ਕਿਤੇ ਮਾਸ ਬੀਤੇ ਦੀ ਉਹ ਖੇਦ ਪਾਰੀ ਕਈ ਮਹੀਨਿਆਂ ਦੇ ਅਸੀਂ ਤੈਨੂੰ ਘੇਰਾ ਪਾ ਕੇ ਬੈਠੇ ਹੋਏ ਆ ਇਹਨੇ ਸਾਨੂੰ ਬੜਾ ਦੁੱਖ ਦਿੱਤਾ ਹੈ ਅਸੀਂ ਮਛਰਾਂ ਵਿੱਚ ਕੱਟਦੇ ਰਹੇ ਆ ਬਾਹਰ ਤੰਬੂਆਂ ਦੇ ਵਿੱਚ ਤੇ ਇਹ ਗੁਰੂ ਅੰਦਰੋਂ ਕਿਲਿਆਂ ਦੇ ਸਾਡੇ ਤੀਰਾਂ ਦੀ ਵਰਖਾ ਕਰਦਾ ਸੀ ਗੋਲੀਆਂ ਚਲਾਉਂਦਾ ਸੀ ਤੇ ਸਾਨੂੰ ਸੌਣ ਨਹੀਂ ਸੀ ਦਿੰਦਾ ਅੱਜ ਅਸੀਂ ਮਾਰ ਲਿਆ ਹੈ ਨਹੀਂ ਖੇਤ ਤੇ ਹਾਰ ਲੈ ਕੇ ਪਧਾਰੇ ਸ਼ੁਕਰ ਅੱਲਾ ਦਾ ਕਮ ਸੇ ਕਮ ਹਾਰ ਲੈ ਕੇ ਤੇ ਨਹੀਂ ਚੱਲੇ ਬਾਦਸ਼ਾਹ ਨੂੰ ਜਾ ਕੇ ਦੱਸ ਦਿਆਂਗੇ ਅਸੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਆਏ ਹਾ ਬਡੇ ਕੇਸਰੀ ਚੰਦ ਤੇ ਆਦ ਮਾਰੇ ਇਹੋ ਗੁਰੂ ਗੋਬਿੰਦ ਸਿੰਘ ਆ ਜਿਨੇ ਰਾਜਾ ਕੇਸਰੀ ਚੰਦ ਵਰਗੇ ਰਾਜੇ ਮਾਰ ਦਿੱਤੇ ਸੈਦ ਖਾਨ ਪੈੰਡੇ ਖਾਨ ਵਰਗੇ ਔਰ ਬੜੇ ਬੜੇ ਜੰਗੀ ਜਰਨਲ ਸਾਡੇ ਮਾਰ ਦਿੱਤੇ ਬਡੋ ਬੀਰ ਥੋ ਪੈੰਡੇ ਖਾਨੰ ਬਿਧਾਰਾ ਆ ਪੈੰਡੇ ਖਾਨ ਬੜਾ ਜੰਗੀ ਜਰਨਲ ਸੀ ਐਸ ਗੁਰੂ ਨੇ ਮਾਰ ਦਿੱਤਾ ਪੈਂਦੇਖਾ ਹੋਰ ਸੀਤੇ ਪੈਂਦੇਖਾ ਹੋਰ ਸੀ ਸਾਧ ਸੰਗਤ ਜੀ ਪੈਂਦੇਖਾ ਦੇ 6ਵੇਂ ਪਾਤਸ਼ਾਹ ਦੇ ਸਮੇ ਹੋਇਆ ਤੇ ਪੈਂਦੇਖਾ 10ਵੇਂ ਪਾਤਸ਼ਾਹ ਦੇ ਸਮੇ ਹੋਇਆ ਤੇ ਉਹ ਸਾਰਾ ਸਰੀਰ ਉਹਦਾ ਲੋਹੇ ਦਾ ਬੜਿਆ ਸੀ ਤੇ ਉਹਦੇ ਸਰੀਰ ਤੇ ਥਾਂ ਕੋਈ ਨਹੀਂ ਸੀ ਜਿੱਥੇ ਤੀਰ ਮਾਰਨ ਤੇ ਮਹਾਰਾਜ ਨੇ ਫਿਰ ਇੱਥੇ ਕੰਨ ਦੀ ਪੁੱਟਪੁੱਟੀ ਕੋਈ ਇੰਨੀ ਥਾਂ ਸੀ ਚਵਾਨੀ ਜਿੰਨੀ ਇੱਥੇ ਮਾਰ ਕੇ ਤੀਰ ਪਾਰ ਲਗਾਤਾ ਸੀ 10ਵੇਂ ਪਾਤਸ਼ਾਹ ਤੋ ਉਹ ਪੰਡੇ ਖਾ ਵਰਗੇ ਜੋਦੇ ਜਿਸ ਗੁਰੂ ਨੇ ਸਾਡੇ ਮਾਰ ਦਿੱਤੇ ਸੀ ਮਹਾ ਓਜਤੇ ਤਾਹੇ ਕੋ ਆਜ ਮਾਰਾ ਅੱਜ ਅਸੀਂ ਬੜਾ ਜ਼ੋਰ ਨਾਲ ਲਾ ਕੇ ਬਲ ਲਾ ਕੇ ਉਹ ਗੁਰੂ ਮਾਰ ਲਿਆ ਹੈ ਅੱਜ ਅਸੀਂ ਬੜੇ ਮੁਸ਼ਕਲਾਂ ਨਾਲ ਬਦਲਾ ਲਿਆ ਆਪਣੇ ਸਾਥੀਆਂ ਦਾ ਬੜੀ ਦੂਨ ਸੈਲਾਨ ਕੀ ਸੈਲ ਜੋਗਾ ਇਹ ਗੁਰੂ ਗੋਬਿੰਦ ਸਿੰਘ ਜਿਨੇ ਸਾਡੇ ਪਹਾੜਾਂ ਦੀ ਸਾਰੀ ਦੂਨ ਦੀ ਨੀਂਦ ਆਰਾਮ ਕੀਤੀ ਹੋਈ ਸੀ ਇਹਦੀਆਂ ਫੌਜਾਂ ਆਉਂਦੀਆਂ ਸੀ ਸਾਡੇ ਇਲਾਕੇ ਦੇ ਸ਼ਿਕਾਰ ਮਾਰ ਕੇ ਲੈ ਜਾਂਦੀਆਂ ਸੀ ਇਹਦੀਆਂ ਫੌਜਾਂ ਆਉਂਦੀਆਂ ਸੀ ਬਾਲਣ ਵੱਡ ਵੱਡ ਕੇ ਲੈ ਜਾਂਦੇ ਸੀ ਸਾਡੇ ਸਾਡਾ ਇਲਾਕਾ ਉਜਾੜ ਛੱਡਿਆ ਸੀ ਨਾ ਸਿੰਘਾਂ ਨੇ ਉਹ ਜਾਰੀ ਪ੍ਰਹਾਰੇ ਜੋ ਥੇ ਬੀਰ ਲੋਗਾ ਸਾਡੇ ਪਹਾੜੀਏ ਬੜੇ ਬਹਾਦਰ ਸੀ ਪਰ ਐਸ ਗੁਰੂ ਨੇ ਉਜਾੜ ਦਿੱਤੇ ਸਾਡੇ ਬਹਾਦਰ ਯੋਧਿਆਂ ਦੀ ਵੀ ਲੱਕ ਤੋੜ ਦਿੱਤੀ ਇਸ ਗੁਰੂ ਨੇ ਕਨੇ ਦੇਸ਼ ਦੇਸ਼ਾਂ ਜਸੰ ਜਾਹੇ ਗਾਵ ਇਹ ਗੁਰੂ ਗੋਬਿੰਦ ਸਿੰਘ ਜਿਹੜਾ ਹਰ ਮੁਲਕ ਦੇ ਚ ਜਸ ਗਾਇਆ ਜਾਂਦਾ ਸੀ ਸਾਰੀ ਦੁਨੀਆ ਇਹਨੂੰ ਗੁਰੂ ਜਾਣ ਕੇ ਮੱਥੇ ਟੇਕਦੀ ਸੀ ਇਹ ਕਲਗੀਆਂ ਲਾਂਦਾ ਸੀ ਇਹ ਅਨੰਦਪੁਰ ਚ ਰਾਜ ਕਰਦਾ ਸੀ ਅਸੀਂ ਰਾਜੇ ਸੀ ਸਾਡੇ ਨਾਲੋਂ ਵੀ ਜ਼ਿਆਦਾ ਸ਼ਾਨ ਰੱਖਦਾ ਸੀ ਵਧੀਆ ਵਧੀਆ ਹਾਥੀ ਘੋੜੇ ਰੱਖਦਾ ਸੀ ਅੱਜ ਸ਼ੁਕਰ ਖੁਦਾ ਦਾ ਸ਼ੁਕਰ ਭਗਵਾਨ ਦਾ ਅਸੀਂ ਗੁਰੂ ਗਬੀਰ ਸਿੰਘ ਮਾਰ ਲਿਆ ਹੈ ਤੋ ਰਹਿ ਤਰਾਸ ਜੋ ਦੇ ਨਹੀਂ ਨੇ ਰਜਾਵ ਇਹ ਐਡਾ ਡਾਡਾ ਸੀ ਇਹਦੇ ਤੋਂ ਬੜੇ ਬੜੇ ਸੂਰਮੇ ਡਰਦੇ ਸੀ ਬੜੇ ਬੜੇ ਜੋਧੇ ਇਹਦੇ ਨੇੜੇ ਨਹੀਂ ਸੀ ਜਾਂਦੇ ਖੰਭ ਖਾਂਦੇ ਸੀ ਇਹਦੇ ਤੀਰਾਂ ਦੀ ਮਾਰ ਬੜੀ ਡਾਢੀ ਸੀ ਇਹ ਸੱਤ-ਸੱਤ ਮੀਲ ਤੱਕ ਤੀਰ ਮਾਰਦਾ ਸੀ ਇਹ ਐਡਾ ਜੋਧਾ ਸੀ ਲੜਾਂ ਤੇ ਚਾਹੇ ਉਹ ਜੋ ਸਦਾ ਜੀਤ ਲੇਤਾ ਜਿਹੜਾ ਇਹਦੇ ਨਾਲ ਲੜ ਨਾ ਆਉਂਦਾ ਸੀ ਇਹ ਧੌਣ ਭੰਨ ਦਿੰਦਾ ਸੀ ਇਹ ਜਿੱਤ ਜਾਂਦਾ ਸੀ ਇਹਨੂੰ ਅੱਜ ਤਾਈਂ ਕੋਈ ਰਾਹ ਨਹੀਂ ਸੀ ਸਕਿਆ ਦਿਨ ਹਿੰਦੁਸਤਾਨ ਦਾ ਬਾਦਸ਼ਾਹ ਵੀ ਇਹਨੂੰ ਨਹੀਂ ਸੀ ਹਰਾ ਸਕਿਆ ਅੱਜ ਅਸੀਂ ਮਾਰ ਲਿਆ ਹੈ ਅਰੇ ਲੱਖ ਬੈਰੀ ਨਹੀਂ ਪੀਠ ਦੇਤਾ ਤੇ ਐਡਾ ਟੀਟ ਸੀ ਕਿ ਲੱਖਾਂ ਬੈਰੀ ਆ ਜਾਣ ਤੇ ਪਿੱਠ ਨਹੀਂ ਸੀ ਦਿਖਾਉਂਦਾ ਇਹ ਪ੍ਰਵਾਹ ਨਹੀਂ ਸੀ ਕਰਦਾ ਇੱਕ ਕੱਲਾ ਹੀ ਬਬਰ ਸ਼ੇਰ ਸੀ ਅੱਜ ਅਸੀਂ ਮਾਰ ਲਿਆ ਹੈ ਸਭ ਇਹ ਹਿੰਦੂਵਾਨਾ ਗੁਰੂ ਜਨਮਾਨ ਇਹ ਐਡਾ ਜੋਧਾ ਸੀ ਐਡਾ ਸੂਰਮਾ ਸੀ ਐਡਾ ਬਹਾਦਰ ਸੀ ਇਹਨੂੰ ਸਾਰਾ ਹਿੰਦੁਸਤਾਨ ਸਾਰੀ Hindu ਕੌਮ ਆਪਣਾ ਗੁਰੂ ਮਰਦ ਦੀ ਸੀ ਮਰਿਓ ਅੱਜ ਸੌਉ ਕਾਨੇ ਬੀਰਹਾਨਾ ਅੱਜ ਉਹ ਮਾਰਿਆ ਗਿਆ ਹੈ ਜਿਹੜਾ ਹਿੰਦੂਆ ਦਾ ਪੀਰ ਆਪਣੇ ਆਪ ਨੂੰ ਘਹਾੰਦਾ ਸੀ ਅੱਜ ਅਸੀਂ ਮਾਰ ਦਿੱਤਾ ਜਿਹਨੇ ਸਾਡੇ ਲੱਖਾਂ ਸਿਪਾਹੀ ਮਾਰ ਦਿੱਤੇ ਸੀ ਤੇ ਉਹ جنگ ਕੋ ਅੰਤ ਹੋ ਤੋ ਹਮੇਸ਼ਾ ਕਹਿੰਦੇ ਰਹਾ ਲੜਾਈ ਦਾ ਅਖੀਰ ਇੱਕ ਤਾਂ ਹੁੰਦਾ ਹੀ ਹੈ ਇੱਕ ਦਿਨ ਤਾਂ ਅੰਤ ਹੁੰਦਾ ਹੀ ਹੈ ਜੰਗ ਦਾ ਰਹਿ ਜੀਵ ਤੋ ਪੇੜ ਪਾਵੇ ਵਿਸ਼ੇਸ਼ ਜੇ ਇਹ ਜਿਉਂਦਾ ਰਹਿ ਜਾਂਦਾ ਨਾ ਅੱਜ ਤਾਂ ਇਹਨੇ ਫੇ ਲੜਾਈ ਕਰਨੀ ਸੀ ਇਹ ਨੇ ਫੇਰ ਨਹੀਂ ਸੀ ਸਾਨੂੰ ਠਿਕਣ ਦੇਣਾ ਇਹ ਤਾਂ ਲੜਾਈ ਦਾ ਮੁੱਲ ਲੈਂਦਾ ਸੀ ਇਹ ਲੜਾਈ ਹਾਂਜੀ ਕਹ ਹੈ ਆਪ ਮਹਯੋ ਮਲੇਸ਼ ਪਹਾੜੀ ਇਹ ਤਾਂ ਬਲੇਸ਼ ਤੇ ਪਹਾੜੀਏ ਆਪਸ ਵਿੱਚ ਗੱਲਾਂ ਕਰਦੇ ਨੇ ਨਹੀਂ ਮੂੜ ਜਾਣੈ ਗੁਰੂ ਖੇਲ ਤਾਰੀ ਕਹਦੇ ਇਹ ਮੂਰਖੇ ਨਹੀਂ ਜਾਣਦੇ ਵੀ ਗੁਰੂ ਦੀ ਤਾਂ ਖੇਡ ਹੈ ਤੇ ਗੁਰੂ ਦਾ ਸਿਪਾਹੀ ਲੜ ਕੇ ਗਿਆ ਅਜੇ ਗੁਰੂ ਨੇ ਤੇ ਤੁਹਾਡੇ ਦੰਦ ਖੱਟੇ ਕਰਨੇ ਅੱਗੇ ਚੱਲ ਕੇ ਗੁਰੂ ਨੂੰ ਕੋਣ ਮਾਰ ਸਕਦਾ ਇਹਦਾ ਮੂਰਖਾ ਨੂੰ ਭਾਈ ਉਹਦੇ ਸਿੰਘ ਚੋਂ ਹੀ ਗੁਰੂ ਗੋਬਿੰਦ ਸਿੰਘ ਦਿਸ ਰਿਹਾ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਖਾਲਸੇ ਮੈਂ ਹਾਂ ਕਰੋ ਨਿਵਾਸ ਮੈਂ ਆਪਣੇ ਖਾਲਸੇ ਚ ਵਸਦਾ ਹਾਂ ਜੀ ਬੜੇ ਤੀਰ ਮਾਰੇ ਹੈ ਅੰਗਾਤ ਪਾਰੇ ਕਹਿੰਦੇ ਬੜੇ ਡਾਡੇ ਤੀਰ ਮਾਰਦਾ ਸੀ ਇਹ ਤੀਰ ਮਾਰਦਾ ਸੀ ਤੇ ਘੋੜੇ ਦੇ ਮੂੰਹ ਚੋਂ ਵੱਜ ਕੇ ਤੇ ਛਾਤੀ ਨੂੰ چیر ਕੇ ਪਿੱਠ ਪਿੱਛੋਂ ਦੀ ਘੋੜਾ ਤੀਰ ਲੰਘ ਜਾਂਦਾ ਸੀ ਇਹਦੇ ਘੋੜ ਹੱਤ ਘੋੜਿਆਂ ਨੂੰ ਪਾੜ ਦਿੰਦਾ ਸੀ ਤੀਰਾਂ ਨਾਲ ਇਹ ਤਾਂ ਹਾਥੀਆਂ ਨੂੰ ਪਾੜ ਦਿੰਦਾ ਸੀ ਤੀਰਾਂ ਨਾਲ ਇਹ ਐਡਾ ਭਿਆਨਕ ਜੋਧਾ ਸੀ ਨਰੰਗ ਬਾਪੂ ਰੇਤੇ ਕਹੋ ਕਿਉਂ ਨ ਮਾਰੇ ਜਿਹਦਾ ਤੀਰ ਤਸਾ ਦਸਾ ਜੋ ਲੰਘ ਜਾਂਦਾ ਘੋੜਿਆਂ 'ਚੋਂ ਲੰਘ ਜਾਂਦਾ ਬੰਦੇ ਨੂੰ ਕੀ ਸਮਝਦਾ ਹੈ ਜਥਾ ਨੀਰ ਰੋਕੇ ਗਿਰੰ ਅਗਰੇ ਰੋਕਾ ਹੁਣ ਕਵੀ ਜੀ ਲਿਖਦੇ ਆ ਜਿਵੇਂ ਜਥਾ ਨੀਰ ਰੋਕੇ ਕਹਦੇ ਪਾਣੀ ਰੁਕਿਆ ਹੋਵੇ ਪਹਾੜ ਦੇ ਨਾਲ ਪਹਾੜ ਦੀ ਕੰਦੀ ਦੇ ਨਾਲ ਆ ਕੇ ਦਰਿਆ ਦਾ ਪਾਣੀ ਰੁਕਿਆ ਹੋਵੇ ਤੇ ਉਹ ਜੋਰ ਮਾਰ ਰਿਹਾ ਹੋਵੇ ਤੇ ਅੱਗੋਂ ਪਹਾੜ ਉਹਨੂੰ ਰੋਕ ਕੇ ਖੜਾ ਹੋਵੇ ਉਹ ਜਿਹੜੀ ਪਿੱਛੇ ਫੌਜ ਆ ਰਹੀ ਸੀ ਉਹ ਤਾਂ ਦਰਿਆ ਸੀ ਤੇ ਭਾਈ ਉਹਦੇ ਸਿੰਘ ਦੇ ਨਾਲ ਜਿਹੜੇ ਸਿੰਘ ਸਨ ਉਹ ਪਹਾੜ ਸਨ ਉਹ ਰੋਕ ਕੇ ਖੜੇ ਸਨ ਉਹ ਬੰਨ੍ਹਾ ਲਾ ਕੇ ਖੜੇ ਸਨ ਡੱਕਾ ਲਾ ਕੇ ਖੜੇ ਸਨ ਹਾਂਜੀ ਜਹੇ ਤੇ ਚਲੇ ਫੈਲ ਤੈਸੇ ਬਿ ਲੋਕਾ ਜੇ ਜਦੋਂ ਉਹ ਬੰਨਾ ਟਹਿ ਜਾਵੇ ਉਹ ਪਹਾੜ ਟਹਿ ਜਾਵੇ ਖੁਰ ਜਾਵੇ ਪਾਣੀ ਦਾ ਜ਼ੋਰ ਪੈ ਜਾਵੇ ਤੇ ਫਿਰ ਪਾਣੀ ਅੱਗੇ ਫੈਲ ਜਾਂਦਾ ਹੈ ਇਸ ਤਰ੍ਹਾਂ 10 ਲੱਖ ਫੌਜ ਜਿਹੜੀ 50 ਸਿੰਘਾਂ ਨੇ ਸ਼ਾਈ ਟਿੱਬੀ ਤੇ ਰੋਕੀ ਹੋਈ ਸੀ ਉਹ ਇੱਕਦਮ ਸਮੁੰਦਰ ਦੀ ਤਰ੍ਹਾਂ ਫੈਲ ਕੇ ਅੱਗੇ ਨੂੰ ਚੱਲ ਪਈ ਦਲੰਗ ਅਗਰੇ ਦੌਰਿਓ ਮਿਲੇ ਤਾਹੇ ਆਈ ਕਹਿੰਦੇ ਦਲੰਗ ਅਗਰ ਦੌਰਿਓ ਮਿਲੇ ਤਾਂ ਹੀ ਆਈ ਕਹਿੰਦੇ ਜਦੋਂ ਭਾਈ ਉਹਦੇ ਸਿੰਘ ਜੀ ਸ਼ਹੀਦ ਹੋ ਗਏ ਤੇ ਫੌਜ ਜਿਹੜੀ ਐ ਉਹ ਸਾਰੀ ਅੱਗੇ ਨੂੰ ਵਧੀ ਐ ਤੇ ਉਹਦਾ ਮੁਕਾਬਲਾ ਭਾਈ ਜੀਵਨ ਸਿੰਘ ਜੀ ਨੇ ਕੀਤਾ ਹੈ ਗੁਰੂ ਨੰਦ ਸੰਗੇ ਜਹਾਂ ਥੀ ਲੜਾਈ ਜਿੱਤੇ ਗੁਰੂ ਦੇ ਪੁੱਤਰ ਨਾਲ ਜੰਗ ਸੀਗਾ ਯੁੱਧ ਸੀਗਾ ਉਥੇ ਸਾਧ ਸੰਗਤ ਜੀ ਇਹ ਤੁਰਕਾਂ ਦੀ ਫੌਜ ਪਹੁੰਚਣ ਲੱਗੀ ਹੈ ਨਦੀ ਸੋਚੜੀ ਮੀਹੋਂ ਵਠਿਓ ਉਚਾਏ ਅੱਗੇ ਸਰਦ ਸਾਰ ਨਦੀ ਜਿਹੜੀ ਆ ਚੜੀ ਹੋਈ ਹੈ ਮੀਂਹ ਪੈ ਗਿਆ ਪਹਾੜਾਂ ਦੇ ਵਿੱਚ ਤੇ ਸਰਸਾ ਨਦੀ ਠਾਠਾ ਮਾਰਦੀ ਆ ਕਿਤੇ ਸਿੰਘ ਕੇ ਬੇਗ ਵਿਚੇ ਬਹਾਏ ਕਹਿੰਦੇ ਕਿ ਨਹੀਂ ਸਿੰਘ ਕਿੰਨੇ ਹੀ ਪਰਿਵਾਰ ਕਿੰਨੇ ਹੀ ਬੱਚੇ ਬੀਬੀਆਂ ਉਸ ਨਦੀ 'ਚ ਰੁੜ ਗਏ ਹਨ ਬਹੁਤ ਨੁਕਸਾਨ ਹੋਇਆ ਜਿਹੜਾ ਉਹ ਬੜੀ ਸੀ ਉਤਰ ਕੇ ਲੰਘ ਗਿਆ ਜਿਹਦਾ ਨਹੀਂ ਜੋਰ ਪਿਆ ਪਾਣੀ ਦੇ ਪੈਰ ਕੱਢ ਦਿੱਤੇ ਉਹ ਰੁੜ ਵੀ ਗਿਆ ਕਿਤਨੇ ਸਿੰਘ ਸ਼ਹੀਦ ਹੋ ਗਏ ਸਰਸਾ ਨਦੀ ਦੇ ਵਿੱਚ ਨਿਰਾਜ ਛੰਦ ਅਜੀਤ ਸਿੰਘ ਸੂਰਮਾ ਪ੍ਰਵਾਹ ਪਾਰ ਹੋਇਓ ਮਹਾਰਾਜ ਦਾ ਵੱਡਾ ਸਹਿਬ ਜادہ ਮਹਾਬਲੀ ਮਹਾਸੂਰ ਵੀਰ ਜੋਧਾ ਬਾਬਾ ਅਜੀਤ ਸਿੰਘ ਜੀ ਨਦੀ ਪਾਰ ਕੀਤੀ ਹੈ ਲਰੇ ਮਲੇਸ਼ ਬਾਹਨੀ ਵਿਸਾਲ ਬ੍ਰਿੰਦ ਟੋਏਓ ਬੜਾ ਕਮਸਾਨ ਦਾ ਜੰਗ ਕਰਦੇ ਹੋਇਆ ਕਿਉਂਕਿ ਪਿੱਛੋਂ ਤੁਰਕਾਂ ਦੀ ਫੌਜ ਆ ਰਹੀ ਹੈ ਅੱਗੇ ਦਰਿਆ ਹੈ ਪਿੱਛੇ ਵੈਰੀ ਦੀ ਫੌਜ ਹੈ ਘੋੜੇ ਦਾ ਮੂੰਹ ਅੱਗੇ ਨੂੰ ਹੈ ਤੇ ਬਾਬਾ ਜੀ ਦਾ ਮੂੰਹ ਪਿਛਾ ਨੂੰ ਹੈ ਕਿਉਂਕਿ ਪਿੱਛੋਂ ਤੀਰ ਚਲਾ ਰਹੇ ਨੇ ਦੁਸ਼ਮਣ ਨੂੰ ਪਿੱਛੋਂ ਰੋਕਣ ਵਾਸਤੇ ਤਾਂ ਕਿ ਨਾਲ ਦੇ ਵੀ ਸਾਥੀ ਵੀ ਲੰਘ ਜਾਣ ਬੀਬੀਆਂ ਬੱਚੇ ਜੇ ਕੋਈ ਰਹਿ ਗਿਆ ਉਹ ਵੀ ਲੰਘ ਜਾਣ ਇਸ ਤਰ੍ਹਾਂ ਬਾਬਾ ਜੀਤ ਸਿੰਘ ਜੀ ਬੜੀ ਬਹਾਦਰੀ ਦੇ ਨਾਲ ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਨਦੀ ਸਰਸਾ ਪਾਰ ਕੀਤੀ ਹੈ ਛੁਟੰਤ ਹੈ ਤੂਫੰਗ ਚ ਚਲਾਏ ਤੀਰ ਤੀਛਨਾ ਬਹੁਤ ਗੋਲੀਆਂ ਚੱਲ ਰਹੀਆਂ ਨੇ ਤੀਰ ਚੱਲ ਰਹੇ ਨੇ ਦੋ ਆਪਸਿਆਂ ਤੋਂ ਮੁਕਾਬਲਾ ਬੜਾ ਗਹਿਗਾ ਝੋਲ ਰਿਹਾ ਸਰਸਾ ਨਦੀ ਦਾ ਰੰਗ ਲਾਲ ਹੋ ਗਿਆ ਖੂਨ ਦੇ ਨਾਲ ਲਗੰਤ ਫੋਰ ਦੇਤ ਹੈ ਸਰੀਰ ਕੋ ਨਰੀਛਨਾ ਕਹਿੰਦੇ ਜਿਹਨੂੰ ਗੋਲੀਆਂ ਵੱਜਦੀਆਂ ਨੇ ਤੀਰ ਵੱਜਦੇ ਨੇ ਪਾੜ ਕੇ ਲੰਘ ਜਾਂਦੇ ਨੇ ਸਰੀਰ ਨੂੰ ਕਿਸੇ ਦੇ ਮੱਥੇ 'ਚ ਗੋਲੀ ਵੱਜਦੀ ਆ ਤੇ ਉਹ ਧੜੰਮ ਕਰਕੇ ਧਰਤੀ ਤੇ ਡਿੱਗਦਾ ਕਿਸੇ ਦੀ ਛਾਤੀ 'ਚ ਵੱਜਦੀ ਆ ਕਿਸੇ ਦੇ ਮੋਢੇ ਕਿਸੇ ਦੇ ਗੋਡੇ ਤੀਰਾ ਤੇ ਗੋਲੀਆਂ ਨਾਲ ਵਿੰਨੇ ਜਾ ਰਹੇ ਹਨ ਦੋ ਔਰੀਆ ਜੋ ਗੋਰੀਆ ਕਸੰਤ ਫੇਰ ਛੋਰੀਆ ਦੋਹਾਂ ਪਾਸਿਆਂ ਤੋਂ ਦੋਰੀਆ ਦੋਹਾਂ ਪਾਸਿਆਂ ਤੋਂ ਦੋ ਗੋਰੀਆ ਕਹਿੰਦੇ ਦੋ ਦੋ ਨਾਲੀਆਂ ਬੰਦੂਕਾਂ 'ਚ ਗੋਲੀਆਂ ਪਾ ਕੇ ਕਸੰਤ ਕੱਸ ਕੇ ਫੇਰ ਛੋਰੀਆ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਮਾਲ ਹੀ ਕਰ ਦਿੰਦੇ ਆ ਜਦੋਂ ਸ਼ੰਦਾ ਦੇ ਬਾਦਸ਼ਾਹ ਉਹਨਾਂ ਨੂੰ ਕਿਹਾ ਜਾਂਦਾ ਤਾਨ ਗੁਰੂ ਗੋਬਿੰਦ ਸਿੰਘ ਕਲਗੀ ਵਾਲੇ ਪਾਤਸ਼ਾਹ ਛੰਦਾ ਦੇ ਬਾਦਸ਼ਾਹ ਉਹਨਾਂ ਦੇ ਸੇਵਕ ਭਾਈ ਸੰਤੋਖ ਸਿੰਘ ਜੀ ਬੜੇ ਪ੍ਰੇਮ ਨਾਲ ਕਥਾ ਲਿਖ ਰਹੇ ਹਨ ਛੁਕੰਤ ਸੀਸ ਉਪਰੇ ਲਗੰਤ ਦੇਹ ਫੋਰੀਆਂ ਕਹਦੇ ਉਹ ਸਿਰਾਂ ਦੇ ਉੱਤੇ ਛੁੰਕ ਦੀਆਂ ਲੰਗੜੀਆਂ ਨੇ ਛੁਕਾਟੇ ਪਾਉਂਦੀਆਂ ਹੋਈਆਂ ਤੇ ਜਿਹਦੇ ਕੰਨ ਦੇ ਕੋਲੋਂ ਲੰਘ ਜਾਂਦੀ ਹੈ ਉਹ ਇੱਕਦਮ ਡਰ ਜਾਂਦਾ ਤਰਬਕ ਜਾਂਦਾ ਵੀ ਮੈਂ ਤਾਂ ਗਿਆ ਸੀ ਤੇ ਜਿਹਦੇ ਲੱਗ ਜਾਂਦੀ ਹੈ ਉਹ ਚਲਾਈ ਜਾਂਦਾ ਏ ਐਸਾ جنگ ਦਾ ਨਜ਼ਾਰਾ ਹੈ ਮਚਾਏ ਸ਼ੋਰ ਠੋਰ ਕੋ ਅਮੋਰ ਠੋਰ جنگ ਕੇ ਕਹਦੇ ਆ ਬੋਰ ਸੋਰ جنگ ਕੇ جنگ ਦੀ ਥਾ ਬੜੀਆ ਮੋੜ ਆ ਬੜੀ ਖਤਰਨਾਕ ਆ ਬੜੀ ਭਿਆਨਕ ਆ ਗੱਲਾਂ ਕਰਨੀ ਐ ਸੌਕੀਆਂ ਸਾਥ ਸੰਗਤ ਜੀ ਕਥਾ ਕਰਨੀ ਵੀ ਸੌਕੀ ਸੁਣਨੀ ਵੀ ਸੌਕੀ ਪਰ ਉਹ ਜਦੋਂ ਉੱਥੇ ਸਿੰਘ ਖੜੇ ਹੋਣਗੇ ਜਿਹੜੇ ਉੱਥੇ ਜੂਝ ਰਹੇ ਹੋਣਗੇ ਉਹਨਾਂ ਦੀ ਅਵਸਥਾ ਕੀ ਹੋਵੇਗੀ ਇਹ ਅੰਦਾਜ਼ਾ ਲਾ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਿਹੜੇ ਉੱਥੇ ਸੂਰਮੇ ਜੂਝਦੇ ਹਨ ਲੜਦੇ ਹਨ ਉਹਨਾਂ ਦੀ ਆਤਮਿਕ ਅਵਸਥਾ कैसी ਹੁੰਦੀ ਹੈ ਉਹ ਕਿਹੜੇ ਰੰਗ 'ਚ ਹੋ ਰਿਹਾ ਇੱਕ ਪਲ ਦਾ ਨਹੀਂ ਪਤਾ ਕਿ ਸਰੀਰ ਤੋਂ ਪਰੇ ਹੋ ਜਾਣਾ ਤੋਂ ਉਸ ਅਮੋੜ ਥਾਂ ਤੇ ਸੂਰਮੇ ਜੂਝ ਰਹੇ ਹਨ ਮਿਲੇ ਪ੍ਰਬੀਰ ਮਾਰਤੇ ਹਕਾਰ ਛਤਰ ਸੰਗ ਕੇ ਔਰ ਸੂਰਮੇ ਬੜੇ ਬੜੇ ਬਲੀ ਨਾਲਦਿਆਂ ਨੂੰ ਬਾਜਾ ਮਾਰ ਕੇ ਇੱਕ ਦੂਜੀ ਨੂੰ ਪਛਾਣ ਕੇ ਨਾਰ ਅਲਾਂਦੇ ਨੇ ਤੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ ਮਾਰਦੇ ਨੇ ਦੋਹਰਾ ਨਦੀ ਤੀਰ ਲਗ ਆਏ ਗੋ ਕਹਦੇ ਨਦੀ ਦੇ ਕੰਡੇ ਤੱਕ ਆ ਗਏ ਸਿੱਖ ਰੰਗਰੇਟਾ ਜੋਏ ਉਹ ਭਾਈ ਜੀਵਨ ਸਿੰਘ ਜੀ ਰੰਗਰੇਟੇ ਸਨ ਉਹ ਨਦੀ ਦੇ ਕੰਡੇ ਤੱਕ ਦੁਸ਼ਮਣ ਨੂੰ ਠੱਲਦੇ ਆਏ ਦੁਸ਼ਮਣ ਜੋਰ ਪਾਉਂਦਾ ਸੀ ਉਹ ਪਿੱਛੇ ਰੋਕਦੇ ਸੀ ਤੇ ਲੜਦੇ 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 ਭਾਈ ਜੀਵਨ ਸਿੰਘ ਜੀ ਉਹ ਸਰਸਾ ਦੇ ਕਿਨਾਰੇ ਤੱਕ ਪਹੁੰਚੇ ਕਿਉਂਕਿ ਉਹਨਾਂ ਨੇ ਕਿਹਾ ਸੀ ਨਾ ਮਹਾਰਾਜ ਨੂੰ ਕਿ ਮਹਾਰਾਜ ਜੀ ਮੈਨੂੰ ਆਗਿਆ ਦਿਓ ਮੈਂ ਨਦੀ ਤੱਕ ਆਵਾਂਗਾ ਲੈ ਕੇ ਮਹਾਰਾਜ ਕਹਿੰਦੇ ਤੇਰੀ ਰਸਨਾ ਤੋਂ ਜਿਹੜਾ ਬਚਨ ਨਿਕਲਿਆ ਐਵੇਂ ਹੀ ਹੋਣਾ ਤੂੰ ਨਦੀ ਤੱਕ ਹੀ ਆਵੇਂਗਾ ਸੋ ਨਦੀ ਤੇ ਆ ਕੇ ਸ਼ੀਧੀ ਪਾ ਗਏ ਪਿਖ ਕੈ ਦਲ ਬਲ ਰਿਪਣ ਕੋ ਕਹਦੇ ਦੁਸ਼ਮਣ ਦਾ ਦਲ ਬਲ ਵੇਖ ਕੇ ਭਇਓ ਨੇਰ ਕਿਆ ਟੋਏ ਉਹ ਨੇੜੇ ਆ ਗਿਆ ਜਦੋਂ ਸਿੰਘਾ ਥੋੜੇ ਸਨ ਆਰਟੇ ਜਲੂਨ ਜਿੰਨੇ ਵੀ ਨਹੀਂ ਸਨ ਦੁਸ਼ਮਣ ਦੀ ਫੌਜ ਬੇਹਿਸਾਬੀ ਸੀ ਸੋ ਜਦੋਂ ਨੇੜੇ ਆ ਗਈ ਐ ਫੌਜ ਅਪਰ ਸਿੰਘ ਕੇ ਤੱਕ ਥੇਰੇ ਕਹਿੰਦੇ ਫਿਰ ਕੁਝ ਹੋਰ ਸਿੰਘ ਸਨ ਉਹਦੇ ਨਾਲ ਭਾਈ ਜੀਵਨ ਸਿੰਘ ਦੇ ਉਹ ਸਰਸਾ ਦੇ ਕੰਡੇ ਤੇ ਖਲੋਗੇ ਵੀ ਤਾਂ ਕਿ ਸਹਬ ਜੀ ਆਦਾ ਅੱਗੇ ਨਿਕਲ ਜਾਵੇ ਉਹਦੇ ਨਾਲ ਦੇ ਹੋਰ ਸਿੰਘ ਪਾਰ ਹੋ ਜਾਣ ਹੁਣ ਅਸੀਂ ਇੱਥੇ ਹੀ ਲੜਾਂਗੇ ਐਸਾ ਇਰਾਦਾ ਕਰਕੇ ਕਈ ਸਿੰਘ ਹੋਰ ਵੀ ਸਰਸਾ ਦੇ ਕੰਡੇ ਤੇ ਪੈਰ ਅੜਾ ਕੇ ਲੜ ਕੇ ਸ਼ਹੀਦیاں ਬਾਗੇ ਹਨ ਜਿੱਥੇ ਅੱਜ ਕੱਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਐ ਸਾਧ ਸੰਗਤ ਜੀ ਉਹਦੇ ਆਲੇ ਦੁਆਲੇ ਜਿੰਨਾ ਰੇਤਾ ਹੈ ਨਾ ਉਹ ਬੜਾ ਹੀ ਪਵਿੱਤਰ ਹੈ ਉਥੇ ਸ਼ਹੀਦਾ ਸਿੰਘਾਂ ਦੇ ਥਾ-ਥਾ ਦੇ ਕੂਂਡਲੇ ਹੋਏ ਹਾਂ ਤਾਨਸਾਨੋ ਗੁਰੂ ਕੇ ਲਾਲ ਸੀਧੀਆਂ ਪਾ ਰਹੇ ਹਨ ਹੋਣ ਲਗਿਓ ਸੰਗਰਾਮ ਬੜਾ ਜੋਧਣ ਲੱਗਾ ਸੰਗਰਾਮ ਹੋਣ ਲੱਗਾ ਸਰਸਾ ਦੇ ਕੰਡੇ ਤੇ ਨਿਕਟ ਢੁਕੇ ਰੋਕੇ ਹਤੇ ਜੋਗਰ ਦੁਸ਼ਮਣ ਬਹੁਤ ਜ਼ਿਆਦਾ ਚੜ ਕੇ ਆ ਗਿਆ ਬੜੀਆਂ ਫੌਜਾਂ ਪਹਾੜੀ ਰਾਜਿਆਂ ਦੀ 22 ਧਾਰ ਦੇ ਰਾਜੇ ਜੰਮੂ ਦਾ ਰਾਜਾ ਕੈਂਠਲ ਦਾ ਰਾਜਾ ਕੁੱਲੂ ਦਾ ਰਾਜਾ ਪੁਟੰਤ ਦਾ ਰਾਜਾ ਜੁੱਬੜ ਦਾ ਰਾਜਾ ਤੇ ਸਾਹਾ ਸੰਗ ਜੀ ਨਦੌਣ ਦਾ ਰਾਜਾ ਇਸੇ ਤਰ੍ਹਾਂ ਗੜਵਾਲ ਦਾ ਰਾਜਾ ਤੇ ਬਾਈ ਧਾਰ ਦੇ ਰਾਜਾ ਭੀਮਚੰਦ ਬਿਲਾਸਪੁਰ ਦਾ ਰਾਜਾ ਇਹ ਸਾਰੇ ਰਾਜੇ ਬਾਈ ਦੇ ਬਾਈ ਤੇ ਉਧਰੋਂ ਹਿੰਦੁਸਤਾਨ ਦੇ ਵੱਡੇ ਸੂਬੇ ਸੂਬਾ ਹਰੰਦ ਸੂਬਾ ਜ਼ਬਰਦਸਤ ਖਾਨ ਲਾਹੌਰ ਸੂਬਾ ਪਸ਼ੌਰ ਸੂਬਾ ਬਲਤਾਨ ਸੂਬਾ ਕਸ਼ਮੀਰ ਸੂਬਾ ਜਲੰਧਰ ਦੇ ਸੂਬਾ ਹਾਰਨਪੁਰ ਸੂਬਾ ਆਵਦ ਇਹ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਲਿਆਂਦੀਆਂ ਕਲਗੀਧਰ ਪਾਤਸ਼ਾਹ ਨੂੰ ਜਿਉਂਦਾ ਫੜਨ ਵਾਸਤੇ ਤੇ ਐਡਾ ਕਮਸਾਣ ਦਾ ਜੰਗ ਹੋ ਰਿਹਾ ਹੈ ਨਦੀ ਦੇ ਕੰਢੇ ਤੇ ਪਹੁੰਚਤ ਭਟ ਜਮਤਾਮ ਕਹਿੰਦੇ ਲੜ ਲੜ ਕੇ ਸੂਰਮੇ ਇਸ ਧਰਤੀ ਤੋਂ ਦੂਸਰੇ ਲੋਗ ਨੂੰ ਜਾ ਰਹੇ ਜੰਪੂਰੀ ਨੂੰ ਜਾ ਰਹੇ ਨੇ ਸਵੇਈਆ ਜੀਵਨ ਸਿੰਘ ਥਿਰਿਓ ਤਿਹਠਾ ਪਾਈ ਜੀਵਨ ਸਿੰਘ ਜੀ ਉੱਥੇ ਖਲੋ ਗਏ ਗਨ ਸਿੰਘ ਨੇ ਹੱਥ ਤੂਫਾਂਗ ਸੰਭਾਰੇ ਗਨ ਸਿੰਘ ਦੇ ਹੱਥਾਂ 'ਚ ਦੋ ਨਾਲੀਆਂ ਬੰਦੂਕਾਂ ਸਨ ਆਏ ਬਰੂਦ ਕਸੈ ਗੁਲ ਕਾਂਦੋਏ ਪੈਦੇ ਪਾਪਾ ਕੇ ਬਰੂਦ ਦੀਆਂ ਕੁੱਪੀਆਂ ਦੋ ਦੋ ਗੋਲੀਆਂ ਛੁੱਟਦੇ ਨੇ ਅੰਦਰ ਠੋਕਣ ਤੇ ਛਣਕੇ ਗੱਜ ਪਹਾਰੇ ਆਲ ਵਿੱਚ ਗੱਜ ਦੇ ਨਾਲ ਠੋਕਦੇ ਨੇ ਤੇ ਜਦੋਂ ਗੱਜ ਪਾ ਕੇ ਗੋਲੀ ਨੂੰ ਠੋਕਦੇ ਨੇ ਤੇ ਬੰਦੂਕਾਂ 'ਚ ਛਣਕਾਰ ਹੁੰਦੀ ਹੈ ਹਾਥਨ ਪੈ ਧਰ ਤਾਕ ਰਵਾ ਕਰ ਹੱਥ ਲੱਗ ਕੇ ਦਸਤ ਰਵਾ ਕਰਕੇ ਨਿਸ਼ਾਨਾ ਲਾਉਂਦੇ ਨੇ ਦੰਬਤ ਪਾਵਕ ਤੂਰਨ ਧਾਰੇ ਔਰ ਤੋੜੇ ਡੰਬ ਦਿੰਦੇ ਨੇ ਫਟਾਫਟ ਅੱਗ ਲਾਉਂਦੇ ਨੇ ਜਦੋਂ ਮਾਰਤ ਹੈ ਠਿਗ ਆਵਤਨਾ ਜਿਹੜਾ ਵਾ ਦੁਸ਼ਮਣ ਆ ਰਿਹਾ ਹੁੰਦਾ ਦੀ ਛਾਤੀ 'ਚ ਗੋਲੀ ਮਾਰ ਕੇ ਉਹਨੂੰ ਨੇੜੇ ਨਹੀਂ ਆਉਣ ਦਿੰਦਾ ਡਰ ਦੇਤ ਮਹਾਰਹਿ ਦੂਰ ਬਿਡਾਰੇ ਸਿੰਘਾਂ ਦੀ ਗੋਲੀ ਖਾਲੀ ਨਹੀਂ ਜਾਂਦੀ ਨਿਸ਼ਾਨੇ ਤੇ ਵੱਜਦੀ ਆ ਤੇ ਵੈਰੀ ਡਰਦਾ ਮਾਰਾ ਨੇੜੇ ਨਹੀਂ ਆਉਂਦਾ ਹੇਲ ਕੋ ਘਾਲ ਵਿਸਾਲ ਪਰੇ ਔਰ ਫੇਰ ਬਹੁਤ ਸਜਾਦਾ ਸਨ ਤੁਰਕ ਹਜ਼ਾਰਾਂ ਲੱਖਾਂ ਦੀ ਤਾਕ ਜ ਹਮਲਾ ਕਰਕੇ ਹੁੰਦੇ ਨੇ ਖਲ ਮਾਰਤ ਬੋਲਨ ਕੇ ਲਲਕਾਰੇ ਮੋਰਖ ਮਾਰ ਲਓ ਮਾਰ ਲਓ ਮਾਰ ਲਓ ਮਾਰ ਲਓ ਕਰਕੇ ਹੁੰਦੇ ਨੇ ਖਾਏ ਕ ਮਾਰ ਹਟੇ ਪਿਛਵਾਏ ਕ ਔਰ ਮਾਰ ਖਾ ਕੇ ਸਿੰਘਾ ਦੇ ਪਿਛਾ ਨੂੰ ਦੌੜਦੇ ਨੇ ਕੋ ਮਰ ਜਾਤ ਤਰਸੰਤ ਨਿਹਾਰੇ ਤੇ ਕਈ ਤਾਂ ਡਰ ਕੇ ਹੀ ਮਰ ਜਾਂਦੇ ਨੇ ਖਾਲਸੇ ਨੂੰ ਵੇਖ ਕੇ ਜਦੋਂ ਸਿੰਘ ਮਾਰ ਮਾਰਦੇ ਨੇ ਨਾ ਦੇ ਦਰਦੇ ਬਾਰੇ ਪਿਛਾ ਨੂੰ ਭਜਦੇ ਨੇ ਕੋਈ ਆ ਕੇ ਕੋੜਾ ਦਰਖਤ ਵਿੱਚ ਵੱਜ ਜਾਂਦਾ ਕੋਈ ਝਾੜੀਆਂ ਦੇ ਵਿੱਚ ਕੋਈ ਖੱਡਾ 'ਚ ਡਿੱਗ ਪੈਂਦਾ ਕੋਈ ਥੱਲੇ ਡਰਿਆ ਜਾਂਦਾ ਤੇ ਕੋਈ ਆਪਣੇ ਕੋਲੋਂ ਹੀ ਮਾਰਿਆ ਜਾਂਦਾ ਇਸ ਤਰ੍ਹਾਂ بڑے ਤੁਰਕ ਪਹਾੜੀਏ ਆਪਸ 'ਚ ਹੀ ਮਰੀ ਜਾਂਦੇ ਨੇ ਜੀਵਨ ਸਿੰਘ ਰਪਿਓ ਪਗ ਠਾੜ ਹੋ ਭਾਈ ਜੀਵਨ ਸਿੰਘ ਦੀ ਨਦੀ ਦੇ ਕੰਡੇ ਦੇ ਪੈਰ ਉਡਾ ਕੇ ਖਲੋ ਗਏ ਨੇ ਛੋਰ ਤਫੰਗਨ ਸੰਗਰ ਪ੍ਰਹਾਰੇ ਔਰ ਲਗਾਤਾਰ ਗੋਲੀਆਂ ਦਾ ਵੈਰੀ ਤੇ ਮੀਂਹ ਵਰਾਂਦੇ ਨੇ ਹੀਲ ਕੋ ਝਾਲਤ ਚਾਲਤ ਮੰਦਹ ਔਰ ਦੁਸ਼ਮਣ ਦਾ ਹੱਲਾ ਰੋਕ ਰਹੇ ਨੇ ਤੇ ਹੌਲੇ-ਹੌਲੇ ਤੁਰਦੇ ਨੇ ਤਾਂ ਕਿ ਦੁਸ਼ਮਣ ਧੱਕ ਕੇ ਸਾਨੂੰ ਇੱਕਦਮ ਨਾ ਨਦੀ ਤੋਂ ਟੱਕ ਪਰਾ ਸੁੱਟ ਦਵੇ ਜਾਂ ਫਿਰ ਰੋੜ ਦਵੇ ਉਹ ਦੁਸ਼ਮਣ ਨੂੰ ਨੇੜੇ ਨਹੀਂ ਆਉਣ ਦੇਣਾ ਚਾਹੁੰਦੇ ਤਾਂ ਕਿ ਅਗਲੀ ਵਹੀਰ ਵੀ ਜਿਹੜੀ ਆ ਸਾਬ ਜੀ ਆਦਾ ਜੀਤ ਸਿੰਘ ਜੀ ਜਾਂ ਹੋਰ ਸਿੰਘ ਨਦੀ ਪਾਰ ਕਰ ਜਾਣ ਕਾਲ ਤ ਛਤਰਣ ਕੋ ਦੁੱਖ ਭਾਰੇ ਕਹਿੰਦੇ ਇਹ ਸਾਰੇ ਸਿੰਘ ਵੈਰੀਆਂ ਦਾ ਬੜਾ ਨੁਕਸਾਨ ਕਰ ਰਹੇ ਨੇ ਬੜਾ ਦੁੱਖ ਦੇ ਰਹੇ ਨੇ ਪਹਾੜੀਆਂ ਨੂੰ ਕੇਤਕ ਸਿੰਘ ਗਏ ਮਰ ਕੇ ਇਸ ਤਰ੍ਹਾਂ ਸਿੰਘ ਲੜਦੇ ਲੜਦੇ ਕਈ ਸ਼ਹੀਦ ਹੋ ਗਏ ਗੋਲ ਕਾਂ ਲੱਗ ਫੂਟੇ ਪਰੇ ਨਿਜ ਅੰਗਾ ਗੋਲੀਆਂ ਲੱਗ ਲੱਗ ਕੇ ਅੰਗ ਫਟ ਗਏ ਮੱਥੇ ਵਿੱਚ ਗੋਲੀ ਵੱਜੀ ਕਿਸੇ ਦੀ ਛਾਤੀ ਵਿੱਚ ਕਿਸੇ ਦੇ ਮੋਢੇ ਵਿੱਚ ਕਿਸੇ ਦੀ ਵੱਖੀ ਵਿੱਚ ਇੱਕ ਇੱਕ ਸੈਨ ਨੂੰ 10 10 20 20 ਗੋਲੀਆਂ ਵੱਜੀਆਂ ਹਨ ਰੋਕਨ ਕੇ ਹਿਤ ਠੋਕਤ ਹੈ ਗੱਜ ਪਰ ਫੇਰ ਵੀ ਮਰਦੇ ਦਮ ਤੱਕ ਲੜ ਰਹੇ ਨੇ ਜਿੰਨਾ ਚ ਰਖੀਰ ਨਾ ਸਵਾਸ ਨਹੀਂ ਨਿਕਲਦਾ ਉਨਾਂ ਚ ਸਿੰਘ ਗੋਲੀ ਚਲਾਈ ਜਾਂਦੇ ਨੇ ਬ੍ਰਿੰਦ ਬਲੋਕ ਤ ਛੋਰ ਤਫੰਗਾ ਦੁਸ਼ਮਣ ਨੂੰ ਵੇਖ ਕੇ ਗੋਲੀਆਂ ਵਹਾਂਦੇ ਨੇ ਘਾਇਲ ਹਕੂਮਤ ਝੂਮ ਗਿਰੇ ਤੇ ਦੋ ਆਪਾਸਿਆ ਦੇ ਸੁਰਮੇ ਜ਼ਖਮੀ ਹੋ ਕੇ ਝੂਮ ਝੂਮ ਕੇ ਡਿੱਗਦੇ ਹਨ ਜਿਮ ਬਾਯੂ ਉਖਾਰ ਕਰਾ ਤਰ ਪੰਗਾ ਜਿਵੇਂ ਤੂਫਾਨ ਆਣ ਦੇ ਨਾਲ ਵੱਡੇ ਵੱਡੇ ਦਰਖਤ ਝੂਮ ਝੂਮ ਕੇ ਧਰਤੀ ਤੇ ਡਿੱਗਦੇ ਨੇ ਧੜਮ ਧੜਮ ਕਰਕੇ ਉੰਜ ਮਲੈ ਹਿਤ ਭੰਜਨ ਕੇ ਕਹਿੰਦੇ ਜਿਵੇਂ ਬਹੁਤ ਜ਼ਿਆਦਾ ਇਕੱਠੇ ਹੋ ਕੇ ਤੁਰਕ ਤੇ ਪਹਾੜੀਏ ਖਾਲਸੇ ਨੂੰ ਮਾਰਨ ਲਈ ਆ ਗਏ ਨੇ ਕੋਈ ਗੰਜਨ ਸ਼ਰੋਣ ਤੇ ਰੰਗ ਸੁਰੰਗਾ ਅਗੋ ਖਾਲਸਾ ਵੀ ਉਹਨਾਂ ਦੇ ਸਿਰ ਭੰਨੀ ਜਾਂਦਾ ਹੈ ਤੇ ਲਹੂ ਲੁਹਾਨ ਕਰ ਦਿੱਤੇ ਹਨ ਆਨ ਪਰੇ ਕਰ ਜੋਰ ਮ ਬੜਾ ਜੋਰ ਪਾ ਕੇ ਇਕੱਠੇ ਹੋ ਗਏ ਆ ਪਏ ਨੇ ਹੁਣ ਚਹੂ ਓਰਨ ਤੇ ਰਣ ਘੋਰ ਮਚਾਇਓ ਚਾਰੇ ਪਾਸਿਓ ਮਾਰੋ ਮਾਰ ਮਚ ਗਈ ਐ ਉਮਰ ਲੱਥੇ ਸੂਰ ਮੇ ਮਾਰ ਮਚੀ ਕਰਾਰੀ ਚੱਲੇ ਜਾਪੇ ਰਤ ਦੇ ਸੱਲੇ ਜੱਟ ਧਾਰੀ ਕਹਿੰਦੇ ਨਦੀ ਸਰਸਾ ਦਾ ਕਿਨਾਰਾ ਲਹੂ ਨਾਲ ਲਾਲੋ ਲਾਲ ਹੋ ਗਿਆ ਤੀਰ ਤਸੀਸ ਹਲਤਾ ਥਿਰ ਹੋਏ ਉਸ ਨਦੀ ਦੇ ਕੰਡੇ ਤੇ ਭਾਈ ਜੀਵਨ ਸਿੰਘ ਦੇ ਸਾਥੀ ਪੈਰ ਡਾ ਕੇ ਖਲੋ ਗਏ ਨੇ ਬੜੋ ਚਲਤਾ ਜਲ ਬੇਗ ਬਹਾਇਓ ਔਰ ਨਦੀ ਦਾ ਪਾਣੀ ਬੜਾ ਤੇਜ ਆ ਜੇ ਪਿੱਛੇ ਪੈਰ ਜਾਂਦਾ ਤੇ ਉਹ ਰੋੜ ਕੇ ਲੈ ਜਾਂਦਾ ਛੋੜ ਦੇਈ ਇੱਕ ਸੰਗ ਤੂਫੰਗਨ ਵਰਸ ਗੱਲ ਜਿੰਨੀਆਂ ਕਿ ਬੰਦੂਕਾਂ ਚ ਗੋਲੀਆਂ ਸੀ ਇੱਕੋ ਵਾਰੀ ਚਲਾ ਦਿੱਤੀਆਂ ਸਿੰਘ ਜਤੇਕ ਸਮੂਹਨ ਕਹਾਇਓ ਔਰ ਫਿਰ ਸਾਧ ਸੰਗਤ ਜੀ ਵੈਰੀਆਂ ਨੇ ਤਾਂ ਹਜ਼ਾਰਾਂ ਹੀ ਬੰਦੂਕਾਂ ਸੀ ਉਹਨਾਂ ਕੋਲ ਤਾਂ ਉਹਦਾ 10 20 ਸਿੰਘ ਸਰ ਤੇ ਉਹ ਹਜ਼ਾਰਾਂ ਸਨ ਹਜ਼ਾਰਾਂ ਗੋਲੀਆਂ ਆਗੈ ਖਾਲਸੇ ਨੂੰ ਵੱਜੀਆਂ ਜੀਵਨ ਸਿੰਘ ਸਮੇਤ ਗਰੇ ਸਭ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਦੇ ਸਾਥੀ ਸਾਰੇ ਨਦੀ ਸਰਸਾ ਦੇ ਕੰਡੇ ਤੇ ਗੋਲੀਆਂ ਲਾ ਕੇ ਡਿੱਗੇ ਹਨ ਪ੍ਰਾਨ ਦੇ ਗੁਰੂ ਕੋਪੁਰ ਪਾਇਓ ਤੇ ਪ੍ਰਾਨ ਪੰਖੇਰੂ ਨਿਕਲੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪਦੇ ਹੋਏ ਸਤਗੁਰੂ ਗਲਗੀਆਂ ਵਾਲੇ ਦੇ ਚਰਨਾਂ 'ਚ ਜਾ ਬਿਰਾਜੇ ਨੇ ਅਕਾਲਪੁਰਖ ਨਿਰੰਕਾਰ ਦੀ ਜੋਤ ਵਿੱਚ ਮਿਲ ਗਏ ਨੇ ਸ਼ਹੀਦਾਂ ਦਾ ਬੜਾ ਉੱਚਾ ਰੁਤਬਾ ਹੈ ਖਾਲਸਾ ਦੀ ਅਸੀਂ ਜਾਣ ਨਹੀਂ ਸਕਦੇ ਕੋਈ ਅੰਤ ਨਹੀਂ ਪਾ ਸਕਦਾ ਜਿੱਥੇ ਬਾਬਾ ਜੀਵਨ ਸਿੰਘ ਜੀ ਭਾਈਉ ਦੇ ਸਿੰਘ ਜੀ ਵਰਗੇ ਸੂਰਮੇ ਪਹੁੰਚਦੇ ਨੇ ਉਹ ਪਦਵੀ ਨੂੰ ਤਾਂ ਕੋਈ ਦੇਵੀ ਦੇਵਤਾ ਵੀ ਨਹੀਂ ਪਾ ਸਕਦਾ ਉਹਨੂੰ ਤਾਂ ਬ੍ਰਹਮਾ ਵੀ ਨਹੀਂ ਪਾ ਸਕਦਾ ਸ਼ਿਵ ਜੀ ਵੀ ਨਹੀਂ ਪਾ ਸਕਦਾ ਉਹ ਪਦਵੀ ਨੂੰ ਉਹ ਪਦਵੀ ਤਾਂ ਸ਼ਹੀਦਾਂ ਦੀ ਅਕਾਲਪੁਰਖ ਦੇ ਨਾਲ ਇੱਕ ਬਿਕ ਹੋ ਜਾਂਦੀ ਹੈ ਐਸੀ ਪਦਵੀ ਭਾਈ ਜੀਵਨ ਸਿੰਘ ਜੀ ਭਾਈ ਐ ਪਾਰ ਪਰੇ ਕਿਤਨੇ ਜਲਤੇ ਔਰ ਸਾਸ ਸਗੇ ਜਿ ਕਿੰਨੈ ਸੰਗਦਦੀ ਤੋਂ ਪਾਰ ਲੰਗੇ ਨੇ ਤਰ ਕੇ ਬੜੇ ਔਖੇ ਘੋੜਿਆਂ ਨੂੰ ਲੈ ਕੇ ਦਰਿਆ 'ਚੋਂ ਪਾਰ ਹੋਏ ਨੇ ਚਲਤੇ ਬਲਤੇ ਟਲਤੇ ਨਦਰਾਈ ਕਹਦੇ ਬਾਲਾ ਚਲਦੇ ਨੇ ਪਰ ਲੜਾਈ ਤੋਂ ਟਲਦੇ ਨਹੀਂ ਸਿੰਘ ਸੂਰਮੇ ਹਨ ਜੰਗ ਵੇਖ ਕੇ ਚਾਹ ਚੜੇ ਹੋਏ ਨੇ ਉਹਨਾਂ ਨੂੰ ਸਾਡੇ ਵਰਗਿਆਂ ਦੇ ਤਾਂ ਨਾਂ ਸੁਣ ਕੇ ਸਾਹ ਸੁੱਕ ਜਾਂਦੇ ਤੇ ਉਹਨਾਂ ਨੂੰ ਹੁੰਦਾ ਵੀ ਹੁਣ ਸ਼ੀਦੀ ਦਾ ਸਮਾਂ ਆਇਆ ਤੇ ਹੁਣ ਹੱਥ ਵਿਖਾਈਏ ਪੋਰਟਲ ਤੇ ਨਾ ਲੜਾਈ ਉਹ ਲੜਾਈ ਤੋਂ ਟਲਣ ਵਾਲੇ ਨਹੀਂ ਹਨ ਸ੍ਰੀ ਗੁਰੂ ਕੋ ਸੁਤ ਬੀਰ ਬੜੋ ਸਤਗੁਰ ਕਲਗਿਆ ਵਾਲੇ ਦਾ ਵੱਡਾ ਪੁੱਤਰ ਬੜਾ ਬਲੀ ਸੀ ਬੜਾ ਜਵਾਨ ਸੀ ਬੜਾ ਲੜਾਕਾ ਸੀ ਰਿਪ ਰੋਕ ਬਿਲੋਕ ਤਮਾਰ ਗਜ਼ਾਈ ਉਹ ਵੈਰੀ ਨੂੰ ਵੇ ਵੇ ਕੇ ਜਿੱਥੇ ਵੀ ਮਾਰ ਮਚਾ ਦਿੰਦਾ ਸੀ ਧੂਮ ਮਚਾ ਦਿੰਦਾ ਸੀ ਜਦੋਂ ਵੇਖਦਾ ਸੀ ਦੁਸ਼ਮਣਾਂ ਨੂੰ ਵਾਹਿਗੁਰੂ ਮੁਖ ਬੋਲ ਫਤਿਹ ਜੁਤ ਔਰ ਗਾਜ ਕੇ ਉਹਨੇ ਆ ਕੇ ਫਤਿਹ ਕਰਾਈ ਹੈ ਜਾਏ ਮਿਲੇਓ ਪਿਤ ਕੋ ਹਰ ਖਾਈ ਦਾਸੇ ਪਾਸ਼ਾ ਸਰਸਾ ਤੋਂ ਅੱਗੇ ਆ ਗਏ ਸਰ ਪਿੱਛੋਂ ਸਹਿਬਜ਼ਾਦਾ ਨਦੀ ਪਾਰ ਕਰਕੇ ਮਹਾਰਾਜ ਨੂੰ ਆ ਮਿਲਿਆ ਤੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਈ ਹੈ ਕੀਤਕ ਸਿੰਘ ਨੇ ਜੰਗ ਕਰੇ ਜੜ ਜੜੇ ਸਿੰਘਾਂ ਦੇ ਪਿੱਛੇ ਜੰਗ ਕੀਤਾ ਕਿਤਨਿਆਂ ਨੇ ਹੀ ਜਿਹ ਸੰਗ ਹੋਤੇ ਸੋ ਹਤੇ ਸਮਦਾਈ ਜਿਹਦੇ ਸਹਿਬਜ਼ਾਦੇ ਦੇ ਸਾਥੀ ਸੀਗੇ ਉਹ ਸਭ ਪਿੱਛੇ ਸ਼ਹੀਦ ਹੋ ਗਏ ਜਿਹੜਾ ਸਾਹਿਬ ਜਾਦੇ ਦੇ ਕੰਮਰ ਕਸੇ ਦੇ ਵਿੱਚ ਨਾਲ ਤਿਆਰ ਪਰ ਤਿਆਰ ਰਹਿੰਦੇ ਸੀ ਪਹਿਰੇ ਵਿੱਚ ਉਹ ਸਭ ਸ਼ਹੀਦ ਹੋ ਗਏ ਨੇ ਕੇਤਕ ਘਾਇਲ ਸ਼੍ਰੋਣਤ ਚਾਲਤ ਤੇ ਕਈ ਸਗੇ ਗਏ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੋਈਆਂ ਨੇ ਗੋਲੀਆਂ ਲੱਗੀਆਂ ਨੇ ਤੀਰ ਲੱਗੇ ਨੇ ਚਖਮੀ ਨੇ ਸਰੀਰ ਚੋਂ ਲਹੂ ਵਗ ਰਿਹਾ ਹੈ ਚੋਲੇ ਭਿੱਜੇ ਹੋਏ ਨੇ ਪੁੰਜ ਸੰਭਾਲਤ ਲਿਆਏ ਲਵਾਏ ਸਾਹਿਬ ਜਾਦਾ ਉਹਨਾਂ ਨੂੰ ਸੰਭਾਲ ਸੁਭਾਲ ਕੇ ਲਿਆ ਰਿਹਾ ਹੈ ਤੇ ਸਾਹਸੰਗਤ ਜੀ ਰਸਤੇ 'ਚ ਇੱਕ ਪਿੰਡ ਆ ਗਿਆ ਮਲਕਪੁਰ ਮਲਕਪੁਰ ਰੋਪੜ ਤੋਂ ਜਦੋਂ ਆਪਾਂ ਜਾਈਏ ਕੀਰਤਪੁਰ ਸਾਹਿਬ ਨੂੰ ਤੇ ਰੋਪੜ ਤੋਂ 4 ਕਿਲੋਮੀਟਰ ਤੇ ਹੁੰਦਾ ਰੋਪੜ ਤੋਂ 4 ਕਿਲੋਮੀਟਰ ਅੱਗੇ ਭਰਾਂ ਉਹ ਮਲਕਪੁਰ ਰੰਗੜਾ ਦਾ ਪਿੰਡ ਹੈ ਉੱਥੇ ਜਦੋਂ ਆਏ ਸਵੇਰ ਦੇ 4 ਵਜ ਗਏ ਤਾਂ ਰੰਗੜਾ ਦੇ ਅਗਲੇ ਪਾਸਿਓਂ ਦੀ ਗੋਲੀ ਚਲਾਣੀ ਸ਼ੁਰੂ ਕਰ ਅਗੋਂ ਦੇ ਗੋਲੀ ਚੰਨੀ ਭਾਈ ਬਚਿੱਤਰ ਸਿੰਘ ਜੀ ਦੀ ਵਕੀਚ ਦੋ ਗੋਲੀਆਂ ਵੱਜ ਗਈਆਂ ਤਾਂ ਜ਼ਖਮੀ ਹੋ ਗਏ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਅਨੰਦਪੁਰ ਸਾਹਿਬ ਉਹ ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਦੇ ਸੁਪੁੱਤਰ ਤੇ ਉਹਦੇ ਸਿੰਘ ਦੇ ਭਰਾ ਜ਼ਖਮੀ ਹੋ ਗਏ ਸਾਬ ਜਿਆਦਾ ਆਪਣੇ ਘੋੜੇ ਤੇ ਬਿਠਾ ਕੇ ਰੋਪੜ ਤੱਕ ਲੈ ਕੇ ਆਇਆ ਬਾਬਾ ਜੀਤ ਸਿੰਘ ਇਹਦਾ ਬਾਬਾ ਜੀਤ ਸਿੰਘ ਜਿੱਥੇ ਫੌਜੀ ਦੀ ਕਮਾਨ ਸੰਭਾਲ ਰਿਹਾ ਸੀ ਜੰਗ ਲੜ ਰਿਹਾ ਸੀ ਉਥੇ ਆਪਣੇ ਜ਼ਖਮੀ ਸਿੰਘਾਂ ਸਾਥੀਆਂ ਦੀ ਸੰਭਾਲ ਵੀ ਕਰ ਰਿਆ ਸੀ ਬੜੀ ਵੱਡੀ ਜ਼ਿੰਮੇਵਾਰੀ ਨਾਲ ਉਹ ਫੌਜ ਦੀ ਕਮਾਨ ਬਾਬਾਜੀਤ ਸਿੰਘ ਦੀ ਸੰਭਾਲ ਰੇ ਸਨ ਉਸ ਵੇਲੇ ਉਹਨਾਂ ਦਾ ਰੋਲ ਬੜਾ ਮਹਾਨ ਸੀ ਉਸ ਜੰਗ ਦੇ ਵਿੱਚ ਕਹਿੰਦੇ ਆਗੇ ਪਿਤਾ ਜੀ ਨੂੰ ਫਤਹਿ ਗਈ ਆ ਸਿੰਘ ਉਧੇਰ ਪਰੋਕ ਲਿਓ ਪਟ ਔਰ ਪਿੱਛੇ ਭਾਈ ਉਹਦੇ ਸਿੰਘ ਜੀ ਨੇ ਲੱਖਾਂ ਫੌਜਾਂ ਨੂੰ ਰੋਕਿਆ ਕਿਉਂਕਿ ਜਦੋਂ ਪਿੱਛੇ ਗੋਲੀ ਚਲਣੀ ਸ਼ੁਰੂ ਹੋਈ ਲੜਾਈ ਸਟਾਰਟ ਹੋਈ ਮਹਾਰਾਜ ਅੱਗੇ ਆ ਚੁੱਕੇ ਸਨ ਸ਼ਾਈ ਟਿੱਬੀ ਤੱਕ ਪਹੁੰਚ ਚੁੱਕੇ ਸਨ ਤੇ ਵੀਰ ਵੀ ਅੱਗੇ ਜਾ ਚੁੱਕਾ ਸੀ ਪਿੱਛੇ ਦਾ ਬਾਬਾ ਜੀਤ ਸਿੰਘ ਇਸੇ ਕਲਾ ਫੌਜ ਦੇ ਨਾਲ ਥੋੜੀ ਫੌਜ ਲੈ ਕੇ ਉਹਨੇ ਮੁਕਾਬਲਾ ਕੀਤਾ ਮਹਾਰਾਜ ਨੇ ਪੁੱਛਿਆ ਪਿੱਛੇ ਕੌਣ ਲੜ ਰਿਹਾ ਹੈ ਕਹਿੰਦੇ ਜੀਤ ਸਿੰਘ ਲੜ ਰਿਹਾ ਮਹਾਰਾਜ ਕਹਿੰਦੇ ਉਹਦੇ ਸਿੰਘ ਦੀ ਜਾਓ ਉਹਨਾਂ ਨੂੰ ਲੈ ਕੇ ਆਓ ਤੇ ਭਾਈ ਉਹਦੇ ਸਿੰਘ ਦੀ ਚਲੇ ਗਏ ਉਹ ਉੱਥੇ ਖੜ੍ਹ ਗਏ ਤੇ ਇਹਨਾਂ ਨੂੰ ਅੱਗੇ ਭੇਜਤਾ ਤੇ ਉਹ ਉੱਥੇ ਹੀ ਲੜਦੇ 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 4.5 ਘੰਟੇ ਵੈਰੀ ਨੂੰ ਰੋਕ ਕੇ ਰੱਖਿਆ ਸ਼ਹੀਦ ਹੋ ਗਏ ਉੱਥੇ ਤੇ ਉਹ ਹੁਣ ਭਾਈ ਉਦੇ ਸਿੰਘ ਦੀ ਸ਼ਹੀਦੀ ਬਾਰੇ ਸਹਬ ਜੀ ਆਦਾ ਦਸਵੇਂ ਪਾਤਸ਼ਾਹ ਨੂੰ ਦੱਸਣ ਲੱਗਾ ਹਾਂ ਜੀ ਸਿੰਘ ਉਦੇਰ ਪਰੋਕ ਲਿਓ ਪਟ ਜੇ ਪਿਤਾ ਜੀ ਭਾਈ ਉਦੇ ਸਿੰਘ ਨੇ ਦੁਸ਼ਮਣ ਦੀਆਂ ਫੌਜਾਂ ਰੋਕ ਕੇ ਰੱਖੀਆਂ ਬੜੀ ਬਹਾਦਰੀ ਦੇ ਨਾਲ ਜੇ ਉਹ ਨਾ ਹੁੰਦੇ ਨਾ ਤੇ ਦੁਸ਼ਮਣ ਆਪਣੇ ਤੱਕ ਪਹੁੰਚ ਜਾਣਾ ਸੀ ਹੁਣ ਤੱਕ ਲੱਖ ਹਉ ਆਯੁਧ ਆਨ ਚਲਾਏ ਲੱਖ ਵੈਰੀਆਂ ਨੇ ਲੱਖਾਂ ਹੀ ਸ਼ਸਤਰ ਚੁਲਾ ਦਿੱਤੇ ਸ੍ਰੀ ਗੁਰਦੇਵ ਪਿਤਾ ਢਿਗ ਪਾਖਤ ਸ੍ਰੀ ਗੁਰਦੇਵ ਪਿਤਾ ਕਲਗੀਧਰ ਜੀ ਨੂੰ ਬਾਬਾ ਜੀਤ ਸਿੰਘ ਜੀ ਦੱਸ ਰਹੇ ਨੇ ਥੰਬ ਮਨਿੰਦ ਥਰਿਓ ਤਿਸ ਜਾਏ ਪਿਤਾ ਜੀ ਤਨ ਭਾਈ ਉਹਦੇ ਸਿੰਘ ਜੀ ਐਦਾਂ ਖਲੋਗ ਜਿਵੇਂ ਕੋਈ ਵੱਡਾ ਥੰਬ ਖੜ ਜਾਂਦਾ ਜਿਵੇਂ ਕੋਈ ਬੜਾ ਵੱਡਾ ਪੱਥਰ ਕੰਕਰੀਟ ਦਾ ਥੰਮ ਬੜਿਆ ਹੋਵੇ ਕੋਈ ਭਾਰ ਚੱਲ ਲੈਂਦਾ ਨਾ ਬਿਲਡਿੰਗ ਦਾ ਇਦਾਂ ਦੁਸ਼ਮਣ ਦੀ ਫੌਜ ਨੂੰ ਬਾਬਾ ਜੀ ਨੇ ਬਾਬਾ ਉਹਦੇ ਸਿੰਘ ਜੀ ਨੇ ਝੰਡ ਲਿਆ ਤੀਰ ਪਖੇ ਰਿਪ ਤੀਰ ਦੀਏ ਬਹੁ ਕਹਿੰਦੇ ਜਦੋਂ ਦੁਸ਼ਮਣ ਨੇੜੇ ਆਇਆ ਨਾ ਤੀਰ ਪਖੇ ਰਿਪ ਤੀਰ ਮੈਨੇ ਨੇੜੇ ਜਦੋਂ ਵੈਰੀ ਨੂੰ ਨੇੜੇ ਆਇਆ ਵੇਖਿਆ ਤੀਰ ਦੀਏ ਬਹੁ ਬਹੁਤ ਸਾਰੇ ਤੀਰ ਬਾਰੇ ਉਦੇ ਸਿੰਘ ਨੇ ਬੀਰ ਗਏ ਖਪਕੈ ਸਮਦਾਏ ਉਦੇ ਸਿੰਘ ਨੇ ਸੈਂਕੜੇ ਮਾਰੇ ਆਪਣੇ ਹੱਥਾਂ ਨਾਲ ਹਜ਼ਾਰਾਂ ਮਾਰੇ ਹਨ ਚਾਰ ਘਰੀ ਇੱਕ ਜਾਮ ਲਰਿਓ ਬਲ ਔਰ ਇੱਕ ਪੈਰ ਤੇ ਚਾਰ ਘੜੀਆਂ ਯਾਨੀ ਕਿ ਸਾਢੇ 4-5 ਘੰਟੇ ਚਾ ਸਾਢੇ 4 ਘੰਟੇ ਉਦੇ ਸਿੰਘ ਲੜਦਾ ਰਿਹਾ ਵਾਹੁਣ ਤੇ ਬਹੁ ਬੀਰਨ ਕੋ ਆਪਣੀਆਂ ਬਾਹਾਂ ਦੇ ਨਾਲ ਉਹਦਾ ਕਿੰਨਾ ਬਲ ਸੀ ਉਹਦੇ ਅੰਦਰ ਕਿੰਨੀ ਤਾਕਤ ਸੀ ਸਾਹ ਸੰਗਰ ਜੀ ਆ ਨੌਜਵਾਨ ਭਚੰਗੀ ਪੰਜ-ਪੰਜ ਮਿੰਟ ਗਦਗਾ ਖੇਡਦੇ ਨੇ ਸਾਹ ਚੜ ਜਾਂਦਾ ਉੱਪਰਲਾ ਸਾਹ ਉੱਪਰ ਥੱਲੇ ਵਾਲਾ ਥੱਲੇ ਮੇਰਾ ਵੀ ਇਹੀ ਹਾਲ ਦੋ ਛੋਟੀਆਂ ਨਹੀਂ ਘਵਾ ਸਕਦੇ ਪਤਲੀਆਂ-ਪਤਲੀਆਂ ਤੇ ਸਾਡੇ ਡੋਲੇ ਫੁੱਲ ਜਾਂਦੇ ਆ ਉਹ ਸਾਡੇ ਸਾਢੇ 4 ਘੰਟੇ ਖੰਡੇ ਹੀ ਵਾਈ ਜਾਣੇ ਤੇਗਾ ਹੀ ਚਲਾਈ ਜਾਣੀਆਂ ਘੋੜਿਆਂ ਨੂੰ ਸੰਭਾਲਣਾ ਗੋਲੀਆਂ ਚਲਾਉਣੀਆਂ ਫਿਰ ਲੱਗਣੀਆਂ ਲਹੂ ਲਹਾਨ ਹੋ ਜਾਣਾ ਪਾਣੀ ਨਹੀਂ ਪੀਣਾ ਤੇ ਉਹ ਲੜੀ ਜਾਣਾ ਤਾਲ ਭਾਈ ਉਹਦੇ ਸਿੰਘ ਦੀ ਸਾਢੇ 4 ਘੰਟੇ ਲੜਿਆਨ ਬੀਦਤ ਗੇਰਤ ਟੇਰਤ ਹੈ ਅਰ ਕਹਿੰਦੇ ਵੈਰੀਆਂ ਲਲਕਾਰ ਲਲਕਾਰ ਕੇ ਬਿੰਦਾਸੀ ਤੀਰਾਂ ਨਾਲ ਮਾਰਦਾ ਸੀ ਉਹਦੇ ਸਿੰਘ ਜਾਚਤਕੇਤਕ ਨੀਰਨ ਕੋ ਕਹਿੰਦੇ ਵੈਰੀ ਤੇ ਪਾਣੀ ਮੰਗਦੇ ਸੀ ਹਾਏ ਪਾਣੀ ਹਾਏ ਪਾਣੀ ਕਰਦੇ ਸੀ ਜਦੋਂ ਤੀਰ ਮਾਰਦਾ ਸੀ ਹੀਰਤ ਹੈ ਮੁਕਟੇਰਤ ਹੈ ਕਹਿੰਦੇ ਮੂਤੋ ਬੋਲਦੇ ਸੀ ਮਿਲ ਘੇਰਤ ਹੈ ਚਹ ਪੀਰਨ ਕੋ ਕਹਿੰਦੇ ਆਰੇ ਉਹਦੇ ਸੈਨੂ ਘੇੜਨਾ ਚਾਹੁੰਦੇ ਸੀ ਉਹਨੂੰ ਮਾਰਨਾ ਚਾਹੁੰਦੇ ਸੀ ਪੀੜ ਕੇ ਖਤਮ ਕਰਨਾ ਚਾਹੁੰਦੇ ਸੀ ਹੋਰ ਸਰੀਰ ਨੀਰਨ ਕੇ ਕਹਿੰਦੇ ਬਾ ਭਲੀ ਉਹਦੇ ਸਿੰਘ ਨੇ ਵੈਰੀਆਂ ਦੇ ਸਰੀਰ ਚੀਰ ਚੀਰ ਸੁੱਟੇ ਹਨ ਹੋਏ ਛੂਛ ਤੂ ਨੀ ਰਹੇ ਤੀਰ ਕੋ ਔਰ ਜਦੋਂ ਉਹਦਾ ਪੱਥਾ ਖਾਲੀ ਹੋ ਗਿਆ ਤੀਰ ਮੁੱਕ ਗਏ ਮਿਆਨ ਤੇ ਖੈਂਚ ਕਿਰਪਾਨ ਲਈ ਉਹਦੇ ਸਿਰ ਮਿਆਨ ਚੋ ਤਲਵਾਰ ਧੂ ਲਈ ਬਲਵਾਨ ਮਹਾਨ ਦੀਏ ਵਿਚ ਲਈ ਜੇ ਪਿਤਾ ਜੀ ਫੇਰ ਤਾਂ ਉਹ ਨੇ ਵੈਰੀਆਂ ਦੇ ਆウਲਾ ਦਿੱਤੇ ਗਾਜਰਾ ਮੂਲੀਆਂ ਤਰ੍ਹਾਂ ਛਾਂਗ ਦਿੱਤੇ ਛੋਬ ਤੇ ਛਾਲ ਮਹਾ ਉਛਲ ਹੈ ਕਹਿੰਦੇ 6 6 ਫੁੱਟ ਦੀ ਛਾਲ ਮਾਰਦਾ ਸੀ ਉਹ ਉਛਲ ਉਛਲ ਕੇ ਪੈਦਾ ਸੀ ਜਿਵੇਂ ਚੀਤਾ ਪੈਦਾ ਸ਼ਿਕਾਰ ਨੂੰ ਬੱਬਰ ਸ਼ੇਰ ਸੀ ਉਹਦੇ ਸਿੰਘ ਉਹ ਜਿੱਧਰ ਜਾਂਦਾ ਸੀ 20 20 30 30 ਫੁੱਟ ਦੀ ਛਾਲ ਉਹਦੀ 50 50 ਫੁੱਟ ਤੱਕ ਤੇ ਮਾਰਦਾ ਜਾਂਦਾ ਸੀ چیرਦਾ ਜਾਂਦਾ ਸੀ ਕਟ ਅੰਗ ਨਿਸੰਗ ਹੈ ਭਾਂਡ ਸਦਾਈ ਕਹਦੇ ਵੈਰੀਆਂ ਦੇ ਅਗ ਵੱਡ ਵੱਡ ਛੁੱਟਦਾ ਸੀ ਤੇ ਸਫਾਈਆਂ ਹੀ ਕਰੀ ਜਾਂਦਾ ਸੀ ਵਾ ਇੱਕ ਸੰਗ ਮਲੇਚ ਤੂਫੰਗ ਕਹਦੇ ਫਿਰ ਮਲੇਸ਼ਾ ਦੇ ਇਕੱਠੇ ਹੋ ਕੇ ਇੱਕੋ ਵਾਰੀ ਗੋਲੀਆਂ ਚਲਾ ਦਿੱਤੀਆਂ ਦੇਈ ਗਨ ਛੋੜ ਕਰੀ ਸਮਹਾਈ ਸੈਂਕੜੇ ਬੰਦੂਕਾਂ ਇਕੱਠੀਆਂ ਜਲਾਈਆਂ ਉਹਦੇ ਸੰਗ ਤੇ ਮਾਰਨ ਵਾਸਤੇ ਥਾਲ ਮਹਿ ਲਾਗ ਵਿਸਾਲ ਗਈ ਫਿਰ ਪਿਤਾ ਜੀ ਸਾਡੇ 4 ਘੰਟੇ ਲੜਨ ਤੋਂ ਬਾਅਦ ਗੋਲੀ ਮੱਥੇ 'ਚ ਵੱਜ ਗਈ ਛੋਟੇ ਕਹਿ 10 ਦਵਾਰ ਤਹਾਂ ਮ੍ਰਿਤ ਪਾਈ 10ਵਾਂ ਦਵਾਰ ਖੁੱਲਿਆ 10ਵੇਂ ਦਵਾਰ ਵਿੱਚੋਂ ਪ੍ਰਾਣ ਪੰਖੇਰੂ ਉੱਡ ਗਏ ਜੀ ਸਭ ਤੋਂ ਸੁੱਚੀ ਉੱਚੀ ਮੌਤ ਹੁੰਦੀ ਹੈ 10ਵਾਂ ਦਵਾਰ ਖੁੱਲ ਕੇ ਬਾਕੀਆਂ ਦੇ ਸਵਾਸ 9 ਦਰਵਾਜ਼ੇ ਕਿਸੇ ਦੀ ਨੱਕ ਤੋਂ ਨਿਕਲ ਜਾਂਦੇ ਕਿਸੇ ਦੀ ਅੱਖਾਂ 'ਚੋਂ ਕਿਸੇ ਦੇ ਕੰਨਾਂ 'ਚੋਂ ਕਿਸੇ ਦੇ ਮਲਮੂਤਰ ਸਥਾਨਾਂ ਤੋਂ ਵੀ ਨਿਕਲਦੇ ਆ ਪ੍ਰਾਣ ਪਰ ਜਿਹਦੇ 10ਵੇਂ ਦਵਾਰ ਤੋਂ ਨਿਕਲਦੇ ਉਹ ਤਾਂ ਬਹੁਤ ਹੀ ਕੋਈ ਲੱਖਾਂ ਜੋ ਇੱਕ ਹੁੰਦਾ ਭਾਈ ਉਹਦੇ ਸਿੰਘ ਸਾਹਿਬ ਜੀ ਮੱਥੇ 'ਚ ਗੋਲੀ ਵੱਜੀ ਹੈ ਦੇ ਸਾਜਖੜ ਨੂੰ ਪਿਆਰ ਨੇ ਕੀਤੇ ਹਨ ਆਏ ਗਏ ਸਲਤਾ ਤਟ ਪੈ ਜਬ ਜਦੋਂ ਵੈਰੀ ਨਦੀ ਦੇ ਕੰਡੇ ਤੇ ਆ ਪਹੁੰਚਿਆ ਤੋ ਹਮ ਪੈ ਬੜ ਜੋਰ ਕੋ ਕਹਲਾ ਪਿਤਾ ਜੀ ਫਿਰ ਸ ਮੇਰੇ ਤੇ ਬੜਾ ਜੋਰ ਪਾਇਆ ਮੈਨੂੰ ਮਾਰਨ ਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰ ਕੇ ਤੀਰ ਨੇ ਬੇਦ ਸਰੀਰਨ ਪਿਤਾ ਜੀ ਤੁਹਾਡੀ ਕਿਰਪਾ ਨਾਲ ਮੈਂ ਤੀਰ ਮਾਰ ਮਾਰ ਕੇ ਵਨ ਵਨ ਸੁੱਟੇ ਹਨ ਵੀਰਨ ਕੇ ਬੜ ਹੇਲ ਕੋ ਝਾਲਾ ਪਿਤਾ ਜੀ ਤੁਹਾਡੀ ਕਿਰਪਾ ਹਲਾ ਆਪ ਜੀ ਦੇ ਪੁੱਤਰ ਨੇ ਤੀਰਾਂ ਦੇ ਨਾਲ ਦੁਸ਼ਮਣ ਦਾ ਦਲ ਪਿਛਾ ਮੋੜ ਦਿੱਤਾ ਹਲਾ ਕੇ ਰੱਖ ਦਿੱਤਾ ਚੱਲਾ ਹਲਾ ਉਹਨਾਂ ਦਾ ਝੰਡਾ ਲਿਆ ਜੀਵਨ ਸਿੰਘ ਮਰਿਓ ਤੇ ਠਾਂ ਪਰ ਪਿਤਾ ਜੀ ਸਾਡੇ ਪਰਮ ਸਬਿੱਤਰ ਸਾਥੀ ਭਾਈ ਜੀਵਨ ਸਿੰਘ ਜੀ ਉੱਥੇ ਸ਼ਹੀਦ ਹੋ ਗਏ ਨੇ ਗੁਲਕਾ ਲਗ ਕੇ ਪਦ ਪਾਏ ਵਿਸਾਲਾ ਭਾਈ ਜੀਵਨ ਸਿੰਘ ਨੂੰ ਸੈਂਕੜੇ ਗੋਲੀਆਂ ਲੱਗੀਆਂ ਲੈ ਤੇ ਬੜੀ ਉੱਚੀ ਪਦਵੀ ਸਿਦਾਨੀ ਪ੍ਰਾਪਤ ਕੀਤੀ ਹੈ ਉਹਨਾਂ ਨੇ ਤਾਂ ਛਿਨ ਮੈਂ ਚੜ ਨਾ ਰੋ ਗਏੋ ਜਲ ਤੇ ਪਿਤਾ ਜੀ ਪਿੱਛੋਂ ਪਾਣੀ ਹੋਰ ਆ ਗਿਆ ਪਾਣੀ ਜ਼ਿਆਦਾ ਵਧ ਗਿਆ ਜਦੋਂ ਮੈਂ ਪਾਰ ਲੰਘਣ ਲੱਗਾ ਤਾਂ ਪਾਣੀ ਦਾ ਜ਼ੋਰ ਬਹੁਤ ਜ਼ਿਆਦਾ ਸੀ ਹੋਏ ਗੰਭੀਰ ਸਬੇਗ ਤੇ ਚਾਲਾ ਪਾਣੀ ਬੜੇ ਤੇਜ਼ ਰਫਤਾਰ ਨਾਲ ਗੋਲੀ ਤਰ੍ਹਾਂ ਜਾ ਰਿਹਾ ਸੀ ਘੋੜਿਆਂ ਦੇ ਵੀ ਪੈਰ ਉਖੜਦੇ ਜਾ ਰਹੇ ਸੀ ਤੇ ਜਵਾਲਾ ਦੇ ਵੀ ਪੈਰ ਉਖੜਦੇ ਜਾ ਰਹੇ ਸੀ ਕੇਤਕ ਸਿੰਘ ਗਏ ਬਹਿ ਵਿਚ ਹੈ ਪਿਤਾ ਜੀ ਕਈ ਸੈਗ ਮੇਰੇ ਨਾਲ ਦੇ ਵੀ ਨਦੀ ਚ ਰੁੜ ਗਏ ਨੀਠ ਹੀ ਨੀਠ ਤੇ ਆਏ ਓ ਰਾਰਾ ਬੜੀ ਮੁਸ਼ਕਲ ਲੜਬੈ ਤੇ ਕੁਝ ਸਿੰਘਾਂ ਸਮੇਤ ਅਸੀਂ ਪਾਰ ਹੋ ਕੇ ਉਰ ਆਏ ਹਾਂ। ਸ਼੍ਰੀ ਪ੍ਰਭ ਜੀ ਅਬ ਆਪ ਸੁਨੋ। ਇਹ ਸਤਿਗੁਰੂ ਜੀ ਪਿਤਾ ਜੀ ਹੁਣ ਆਪ ਜੀ ਸੁਣੋ। ਦਲ ਆਏ ਕਨੋ ਜਿਹਵਾਰ ਨਾ ਪਾਰਾ। ਬਸ ਦੁਸ਼ਮਣ ਦੀ ਫੌਜ ਇਵੇਂ ਹੀ ਆਈ ਸਮਝੋ ਜਿਵੇਂ ਮੈਂ ਆਇਆ ਹਾਂ। ਕੋਈ 10 ਮਿੰਟਾਂ ਵਿੱਚੋਂ ਕੋਈ 50 ਮਿੰਟਾਂ ਵਿੱਚੋਂ ਫੌਜ ਆ ਜਾਣੀ ਹੈ। ਕੋਈ ਪਾਰਾ ਵਾਰ ਨਹੀਂ ਕੋਈ ਅੰਤ ਨਹੀਂ ਫੌਜ ਦਾ ਜਿਹੜੀ ਪਿੱਛੋ ਆ ਰਹੀ ਹੈ ਦੇਰ ਕਰੋ ਨਾ ਹਾਂ ਆਪ ਉਲੰਘੋ ਸੋ ਪਿਤਾ ਜੀ ਹੁਣ ਤੁਸੀਂ ਦੇਰ ਨਾ ਕਰੋ ਤੇ ਅੱਗੇ ਲੰਘ ਜਾਓ ਛੇਤੀ ਨਾਲ ਤੂਰਨਤਾ ਕਰਕੇ ਬਲ ਪਾਰਾ ਵਾਰਾਜ ਪਿਤਾ ਜੀ ਆਪ ਜੀ ਛੇਤੀ ਨਾਲ ਬਲ ਕਰਕੇ ਜਿੰਨਾ ਧਕੜ ਘੋੜਾ ਦੁੜਾ ਸਕਦੇ ਹੋ ਇਸ ਘੇਰੇ ਚੋਂ ਨਿਕਲੋ ਤੁਸੀਂ ਜੋ ਸੁਨ ਕੇ ਸਲਤਾ ਜਲ ਕੋ ਜਦੋਂ ਸੁਣਿਆ ਜਾਂ ਇਹ ਬਡੇ ਸਿੰਘ ਸਰਸਾ ਨੇ ਰੋੜ ਦਿੱਤੇ ਨੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਗੁੱਸੇ ਵਿੱਚ ਆ ਗਏ ਨਾਰਾਜ਼ਗੀ ਜਾ ਗਏ ਤਬ ਕੋਪ ਤੇ ਸ੍ਰੀ ਗੁਰ ਸ਼ਰਾਪ ਉਚਾਰਾ ਤੇ ਗੁੱਸੇ ਵਿੱਚ ਜਾ ਕੇ ਦਲਦਸ ਨਦੀ ਨੂੰ ਸ਼ਰਾਪ ਦਿੱਤਾ ਇਹਦੇ ਬਾਰੇ ਬਚਨ ਕਰ ਦਿੱਤਾ ਸਰਸਾ ਨਾਰਾ ਬੜੋ ਗੁਰਮਾਰਾ ਇਹ ਸਰਸਾ ਨਾਰਾ ਬੜੋ ਗੁਰਮਾਰਾ ਇਹ ਗੁਰੂ ਦਾ ਮਾਰਿਆ ਹੈ ਸਰਸਾ ਅੱਜ ਤਾਂ ਇਹ ਖਾਲਸਾ ਸਾਧ ਸੰਗਤ ਜੀ ਜਦੋਂ ਲੰਘਦੇ ਨੇ ਦਲਪੰਥ ਘੋੜਿਆਂ ਸਵੇਤ ਤੇ ਉਧਰ ਬਰਛੀਆਂ ਮਾਰ ਕੇ ਜਾਂਦੇ ਕੋ ਜੁੱਤੀਆਂ ਮਾਰ ਕੇ ਜਾਂਦੇ ਤੇ ਸਿੰਘ ਸੰਗਤਾਂ ਪਹਿਲਾਂ ਪੈਦਲ ਜਾਂਦੀਆਂ ਸੀ ਜੁੱਤੀਆਂ ਮਾਰਦੇ ਸੀ ਉਹ ਟ੍ਰੇਨਾਂ ਦੇ ਗੱਡੀਆਂ ਤੇ ਲੰਘ ਜਾਂਦੇ ਪਰ ਹੁਣ ਕੁਝ ਸਮੇਂ ਤੋਂ ਉਧਰੋਂ ਨਗਰ ਕੀਰਤਨ ਯਾਤਰਾ ਨਿਕਲਦੀ ਹੈ ਉਹ ਸੰਗਤਾਂ ਮਰਿਆਦਾ ਪੂਰੀ ਕਰ ਰਹੀਆਂ ਨੇ ਜਿਹੜਾ ਮਾਰੇ ਨੇ ਨਾਦਪੁਰ ਸਾਹਿਬ ਛੱਡਿਆ ਸੀ ਉਹ ਸੀਨ ਉੱਥੇ ਸੰਗਤਾਂ ਪੇਸ਼ ਕਰਦੀਆਂ ਨੇ ਸੋ ਇਹ ਸਰਸਾ ਨਦੀ ਨੂੰ ਸਰਦਾਪ ਹੋ ਗਿਆ ਇਹ ਗੁਰੂ ਮਾਰੀ ਸਰਸਾ ਹੈ ਲਹੇਓ ਇਹੋ ਸਰ ਨੀਰ ਵਡਾਯੋ ਬਾਰੇ ਕਹਿੰਦੇ ਇਹਨੇ ਅੱਜ ਹੀ ਵਧਣਾ ਸੀ ਅੱਜ ਹੀ ਚੜ੍ਹਨਾ ਸੀ ਅੱਜ ਕਿਹੜਾ ਮੌਕਾ ਮਿਲਿਆ ਇਹਨੇ ਇਹਦਾ ਪਾਣੀ ਸਾਨੂੰ ਰੋੜਨ ਵਾਸਤੇ ਲਿਆਂਦਾ ਹੈ ਹੈ ਅਬ ਲੋ ਇਹ ਬਾਤ ਪ੍ਰਸਿੱਧ ਕਵੀ ਜੀ ਕਹਿੰਦੇ ਅੱਜ ਤੱਕ ਇਹ ਕਥਾ ਪ੍ਰਸਿੱਧ ਹੈ ਗੁਰੂ ਮੁਖ ਤੇਜ ਮਸ਼ਰਾਪ ਉਲਾਇਓ ਜੋ ਮਾਲ ਨੇ ਸਰਾਪ ਦਿੱਤਾ ਸੀ ਸਰਸਾ ਨਦੀ ਨੂੰ ਗੁਰੂ ਦੀ ਮਾਰੀ ਐ ਸਰਸਾ ਹਾਂਜੀ ਆਲਮ ਸਿੰਘ ਤਬੈ ਕਰ ਜੋਰਤ ਜਦੋਂ ਮਹਾਰਾਜ ਸਰਾਬ ਦੇ ਰਹੇ ਸੀ ਆਲਮ ਸਿੰਘ ਕੋਲ ਖੜੇ ਸਨ ਆਲਮ ਸਿੰਘ ਦੀ ਗੜਬਈ ਸਨ ਸਤਗੁਰਾਂ ਦੇ ਹੱਥ ਜੋੜ ਕੇ ਬੋਲੇ ਦੀਨ ਬਨਿਓ ਹਿਤ ਬਾਕ ਸੁਨਾਇਓ ਬੜੀ ਨਿਮਰਤਾ ਨਾਲ ਦੀਨਤਾ ਦੇ ਨਾਲ ਭਾਈ ਆਲਮ ਸਿੰਘ ਦੀ ਬੇਨਤੀ ਕਰਨ ਲੱਗੇ ਸਿੰਘ ਅਜੀਤ ਮਿਲੇ ਅਬ ਆਏ ਕਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਉਡੀਕ ਸੀ ਸਹਬਜ਼ਾਦਾ ਜੀਤ ਸਿੰਘ ਜੀ ਉਹਨਾਂ ਪਿੱਛੋਂ ਆ ਕੇ ਮਿਲ ਗਏ ਨੇ ਪਾਛੇ ਰਹੇ ਤੋ ਮਰਿਓ ਰਣ ਪਾਇਓ ਪਿੱਛੇ ਜਿਹੜਾ ਵੀ ਕੋਈ ਰਹਿ ਗਿਆ ਉਹਦੀ ਉਡੀਕ ਨਾ ਕਰੋ ਹੁਣ ਕੋ ਸਭ ਸ਼ਹੀਦ ਹੋ ਗਏ ਉਹਦੇ ਸਿੰਘ ਸ਼ਹੀਦ ਹੋ ਗਿਆ ਜੀਵਨ ਸਿੰਘ ਸ਼ਹੀਦ ਹੋ ਗਿਆ ਉਹਨਾਂ ਦੇ ਸਾਥੀ ਸਾਰੇ ਸਿੰਘ ਸ਼ਹੀਦ ਹੋ ਗਏ ਨੇ ਭਾਈ ਉਹ ਬਾਬਾ ਜੀਤ ਸਿੰਘ ਜੀ ਆ ਗਏ ਨੇ ਉਹ ਆਪਾ ਸਤਿਗੁਰੂ ਜੀ ਚਾਲਾ ਮਾਰੀਏ ਛੇਤੀ ਨਿਕਲ ਗਏ ਤੋ ਆਪ ਤੋ ਰੰਗ ਤਵਾਏ ਚਲੋ ਆਪ ਜੀ ਸਤਿਗੁਰੂ ਜੀ ਘੋੜਾ ਦੁੜਾ ਕੇ ਨਿਕਲੋ ਤੇਰੇ ਸਿੰਘ ਰ ਹੈ ਰ ਪਰੋਕਨ ਕੋ ਮੈਂ ਆਪਣੇ ਨਾਲ ਹੋਰ ਕੁਝ ਸਿੰਘਾਂ ਨੂੰ ਲੈ ਕੇ ਇੱਥੇ ਖਲੋਵਾਗਾ ਤੇ ਤੁਸੀਂ ਸਾਹਿਬਜ਼ਾਦੇ ਨੂੰ ਲੈ ਕੇ ਨਿਕਲ ਜਾਓ ਅਸੀਂ ਦੁਸ਼ਮਣ ਦੀ ਫੌਜ ਦਾ ਇੱਥੇ ਮੁਕਾਬਲਾ ਕਰਾਂਗੇ ਤੁਹਾਡਾ ਰਾਹ ਰੋਕਾਂਗੇ ਦੁਸ਼ਮਣ ਨੂੰ ਤੁਹਾਡੇ ਵੱਲ ਆਉਣ ਨਹੀਂ ਦੇਵਾਂਗੇ ਪੰਥ ਕੇ ਮੂਲ ਅਹੋ ਨਿਕਸੋ ਸੱਚੇ ਪਾਤਸ਼ਾਹ ਜੀ ਆਪ ਖਾਲਸੇ ਪੰਥ ਦੀ ਜੜ੍ਹ ਹੋ ਮੂਲੋ ਆਪ ਦੀ ਪੰਥ ਦੇ ਇਸ ਕਰਕੇ ਆਪ ਜੀ ਦਾ ਬਚਨ ਬਹੁਤ ਜ਼ਰੂਰੀ ਹੈ ਆਪ ਜੀ ਇੱਥੋਂ ਨਿਕਲੋ ਕਉਣ ਸਿੰਘ ਬਣਾਏ ਅਨੇਕਨ ਕੋ ਜੇ ਆਪ ਜੀ ਮਹਾਰਾਜ ਸਹੀ ਸਲਾਬਤ ਘੇਰੇ ਚੋਂ ਨਿਕਲ ਗਏ ਤੇ ਲੱਖਾਂ ਸਿੰਘ ਬਣਾ ਦਿਓਗੇ ਲੱਖਾਂ ਫੌਜਾਂ ਖੜੀਆਂ ਕਰ ਲੋਗੇ ਆਪ ਜੀ ਜੇ ਹਮਸੇ ਮਰ ਜਾਹੇ ਕਨੇ ਸਾਡੇ ਵਰਗੇ ਮਹਾਰਾਜ ਭਵੇਂ ਸੈਂਕੜੇ ਹਜ਼ਾਰ ਅਸ਼ ਮਰ ਜਾਣ ਸ਼ਹੀਦ ਹੋ ਜਾਣ ਤੁਹਾਡੇ ਵਾਸਤੇ ਕੁਰਬਾਨ ਹੋ ਜਾਈਏ ਤੁਹਾਡੇ ਚਰਨਾਂ ਤੋਂ ਬਹੁ ਫੇਰ ਬਣੈ ਤਜ ਸ਼ੋਕਨ ਕੋ ਮਹਾਰਾਜ ਜੀ ਫੇਰ ਸਾਡੇ ਵਰਗੇ ਤੇ ਲੱਖਾਂ ਬਣ ਜਾਣੇ ਨੇ ਮਹਾਰਾਜ ਤੁਸੀਂ ਨਹੀਂ ਲੜਣਾ ਤੁਸੀਂ ਕਿਰਪਾ ਕਰੋ ਤੁਸੀਂ ਇਥੋਂ ਵੈਰੀ ਦੇ ਘੇਰੇ ਚੋਂ ਨਿਕਲ ਜਾਓ ਤੇ ਖਾਲਸੇ ਪੰਥ ਦੀ ਬਾਗ ਡੋਰ ਸੰਭਾਲ ਲੋ ਜਾ ਕੇ ਸ਼੍ਰੀ ਪ੍ਰਭ ਜੀਵੋ ਅੰਮ੍ਰਿਤ ਪੀਵੋ ਹੋ ਵਾਹ ਰਾਜ ਸੱਚੇ ਪਾਤਸ਼ਾਹ ਜੀ ਆਪ ਸਦਾ ਹੀ ਜਿਉਂਦੇ ਰਹੋ ਜੁਗੋ ਜੁਗ ਅਟਲ ਆਪ ਅੰਮ੍ਰਿਤ ਸਰੂਪ ਹੋ ਅੰਮ੍ਰਿਤ ਨਾਮ ਪੀਂਦੇ ਤੇ ਪਿਆਂਦੇ ਹੋ ਆਪ ਸਦਾ ਹੀ ਅਮਰ ਅਮਰ ਰਹੋ ਸੱਚੇ ਪਾਤਸ਼ਾਹ ਜੀ ਨਾ ਬਿਗਰੈ ਸਿੱਖ ਲੋਕਨ ਕੋ ਜੇ ਤੁਸੀਂ ਜਿਉਂਦੇ ਰਹੇ ਤੇ ਸਿੱਖਾ ਲੋ ਸਿੱਖ ਲੋਕਾਂ ਦਾ ਕੁਝ ਵਿਗੜੇਗਾ ਨਹੀਂ ਸਿਰਕ ਲੋਕਾਂ ਦੀ ਗਰੀਬਾਂ ਦੀ ਕੋਈ ਮਹਾਰਾਜ ਵਾਹ ਵਾਲ ਵੀ ਨਹੀਂ ਵੇਖ ਸਕੇਗਾ ਤੇ ਜੇ ਤੁਸੀਂ ਨਾ ਰਹੇ ਤੇ ਗਰੀਬਾਂ ਦੀ ਕੌਣ ਸੁਣੇਗਾ ਸਾਧ ਸੰਗਤ ਜੀ ਅੱਜ ਇੱਕ ਪ੍ਰੋਫੈਸਰ ਸਾਹਿਬ ਸਰਦਾਰ ਹਿੰਮਤ ਸਿੰਘ ਜੀ ਹੈ ਤਾਂ ਉਹ ਪੰਡਿਤ ਜੀ ਨੇ ਬੋਨੇ ਨੇ ਤੇ ਕੁਸ਼ੇਤਰ ਦੇ ਉਹ ਬੋਲ ਰਹੇ ਸੀ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਰ ਵੀ ਬੜੇ ਮਹਾਂਪੁਰਸ਼ ਦੁਨੀਆ ਤੇ ਆਏ ਭਗਤ ਸੰਤ ਆਏ ਬੜੇ ਉਹਨਾਂ ਦਾ ਵੀ ਕ੍ਰਾਂਤੀਕਾਰ ਰੋਲ ਹੈ ਪਰ ਕਿਸੇ ਨੇ ਜਾਂ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਉਠਾਈ ਉਹ ਜੇ ਉਠਾਈ ਤੇ ਮੇਰੇ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਉਠਾਈ ਉਹਨਾਂ ਨੇ ਗਰੀਬਾਂ ਦੀ ਬਾਹ ਫੜੀ ਨਹੀਂ ਸੀ ਕੋਈ ਫੜ ਸਕਿਆ ਠੀਕ ਹੈ ਕਿਸੇ ਨੇ ਭਗਤੀ ਅੰਦੋਲਨ ਚਲਾਇਆ ਕਿਸੇ ਨੇ ਕਿਸੇ ਤਰੀਕੇ ਨਾਲ ਪ੍ਰਚਾਰ ਕੀਤਾ ਸਾਰੇ ਮਹਾਂਪੁਰਸ਼ ਸਤਕਾਰਯੋਗ ਨੇ ਆਪਣਾ ਆਪਣਾ ਸਭ ਨੇ ਰੋਲ ਅਦਾ ਕੀਤਾ ਪਰ ਜਿਹੜਾ ਕਾਰਜ ਇਹ ਸੀ ਗਰੀਬਾਂ ਦੀ ਬਾਹ ਫੜ ਕੇ ਆਪਣਾ ਪਰਿਵਾਰ ਵੀ ਵਾਰ ਦੇਣਾ ਸਭ ਤੋਂ ਇਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ ਇਹ ਮਹਾਰਾਜ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੇ ਹਿੱਸੇ ਆਇਆ ਉਹ ਪੰਡਤ ਜੀ ਅਜਮ ਕੁਸ਼ੇਤਰ ਦੇ ਨੇ ਉਹ ਪ੍ਰੋਫੈਸਰ ਨੇ ਉਹ ਬੋਲ ਰੇ ਸੀ ਕਿ ਹਾਂ ਜੀ ਫਿਰ ਦਇਆ ਸਿੰਘ ਸਾਹਿਬ ਸਿੰਘ ਫਿਰ ਭਾਈ ਦਇਆ ਸਿੰਘ ਜੀ ਤੇ ਸਾਰੇ ਸੇਵਕੀ ਪੰਜਾਬ ਪਿਆਰੇ ਆ ਜੋ ਮੇਰੇ ਕਰ ਜੋਰ ਉਚਾਰਿਤ ਹੈ ਹੱਥ ਜੋੜ ਕੇ ਬੇਨਤੀ ਕਰਦੇ ਸਤਿਗੁਰੂ ਜੀ ਦੇ ਚਰਨਾ ਵਿੱਚ ਸ੍ਰੀ ਪ੍ਰਭ ਜੰਗ ਤਜੋ ਪ੍ਰਸਥਾਨ ਹੋ ਏ ਸਤਿਗੁਰੂ ਜੀ ਏ ਕਬਾਹ ਰਾਜ ਕਦਰ ਪਾਤਸ਼ਾਹ ਜੀ ਆਪ ਜੀ ਜੰਗ ਦਾ ਵਿਦਾਨ ਛਡੋ ਇਥੋਂ ਚਾਲਾ ਪਾਓ ਮਾਨੋ ਹੋ ਸਿੰਘ ਵਿਚਾਰਤ ਹੈ ਮਾਲੋ ਬੇਨਤੀ ਮਹਾਰਾਜ ਸਾਡਾ ਛੇਤੀ ਕਰੋ ਧਿਆਨ ਦਿਓ ਸਾਡੀ ਬੇਨਤੀਆਂ ਸਾਰਾ ਖਾਲਸਾ ਵਿਚਾਰ ਕਰਕੇ ਗੁਰਮਤਾ ਕਰਕੇ ਕਹਿ ਰਿਹਾ ਆਪ ਜੀ ਇੱਥੋਂ ਛੇਤੀ ਅੱਗੇ ਚੱਲੋ ਬਰਾਵਰਤੇ ਹੋਏ ਲੱਖ ਹੋ ਫੇਰ ਆਪ ਜੀ ਬਚ ਗਏ ਤੇ ਲੱਖਾਂ ਹੀ ਸਿੰਘ ਫੇਰ ਹੋ ਜਾਣਗੇ ਉਹ ਸਭ ਮੂਲ ਸੁਧਾਰਤ ਹੈ ਆਪ ਜੀ ਜੜ੍ਹ ਮਹਾਰਾਜ ਪੰਥ ਖਾਲਸੇ ਦੀ ਮੁੱਢੋ ਆਪ ਜੀ ਆਪ ਜੀ ਦਾ ਮਹਾਰਾਜ ਹੋਣਾ ਜ਼ਰੂਰੀ ਹੈ ਆਪ ਜੀ ਦੀ ਸਹੀ ਸਲਾਮਤੀ ਖਾਲਸੇ ਦੀ ਸਲਾਮਤੀ ਹੈ ਆਹ ਉਹ ਸਭ ਮੂਲ ਸੁਦਾਰਤ ਹੈ ਆਪ ਕਹੋ ਜਿਹ ਪੁੰਜ ਥਰੈ ਹਮ ਆਪ ਜੀ ਜਿਹਦੀ ਜਿਹਦੀ ਡਿਊਟੀ ਲਾਓਗੇ ਅਸੀਂ ਇੱਥੇ ਖਲੋਵਾਂਗੇ ਭਾਈ ਦਿਆਲ ਸਿੰਘ ਜੀ ਕਹਿੰਦੇ ਭਾਈ ਸਵੈਭ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਆਲਮ ਸਿੰਘ ਜੀ ਬਾਰੇ ਜਿਹਦਾ ਵੀ ਪੈਰਾ ਲਾਓਗੇ ਅਸੀਂ ਇੱਥੇ ਖਲੋਵਾਂਗੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ ਅਸੀਂ ਸਾਰੇ ਖਲੋ ਜਾਂਦੇ ਆ ਤੇ ਤੁਸੀਂ ਇਕੱਲੇ ਨਿਕਲ ਜਾਓ ਸਤਿਗੁਰੂ ਜੀ ਰੋਕ ਹੈ ਛਤਰ ਸੰਘਾਰਤ ਹੈ ਮਹਾਰਾਜ ਅਸੀਂ ਬੈਰੀ ਨੂੰ ਰੋਕ ਕੇ ਸ਼ਹੀਦੀਆ ਪਾਵਾਂਗੇ ਪਰ ਤੁਹਾਡੇ ਵਾਲੀ ਦੁਸ਼ਮਣ ਨੂੰ ਜਾਣ ਦੇਾਂਗੇ ਬਾਾਰ ਹੀ ਬਾਾਰ ਬਿਨੈ ਬੋਲਤ ਬਾਦ ਵਾਲ ਸਿੰਘ ਬੇਨਤੀਆਂ ਕਰਦੇ ਵੀਰਨ ਬਾਤ ਕੋ ਮਾਨ ਗੁਸਾਈ ਆਪਣੇ ਸੂਰਬੀਰ ਜੋਧੇ ਸਿੰਘਾ ਦਾ ਬਚਨ ਮੰਨ ਕੇ ਸ਼੍ਰੀ ਗੁਜਰੀ ਵਿੱਚ ਸਿਆੰਦਨ ਕੇ ਵਾਦਾ ਗੁਜਰੀ ਜੀ ਰੱਥ ਵਿੱਚ ਸਨ ਜਗਨੰਦਨ ਤੰਦ ਕੇ ਸੰਗ ਚੜਾਈ ਉਹਨਾਂ ਨੂੰ ਰਾਧਪੁਰ ਸਾਹਿਬ ਤੋਂ ਤੁਰਨ ਲੱਗਿਆ ਛੋਟੇ ਸਹਿਬਜਾਦੇ ਸਮੇਤ ਰੱਥ ਵਿੱਚ ਬਿਠਾਇਆ ਸੀ ਤਾਂ ਹੀ ਸੁਭਾਖ ਕਰੀ ਸਮਝਾਵਨ ਮਾਤਾ ਨੂੰ ਕਹਿ ਦਿੰਦਾ ਹੈ ਸਮਝਾ ਦਿੰਦਾ ਹੈ ਲੈ ਅਗਵਾਨ ਚਲੋ ਸਹਸਾਈ ਵੇ ਮਾਤਾ ਪੋਤਿਆਂ ਨੂੰ ਲੈ ਕੇ ਅੱਗੇ ਚੱਲ ਤੂੰ ਨਦੀ ਪਾਰ ਕਰਕੇ ਇੱਕ ਦੋ ਰਾਤ ਕਹੂੰ ਬਸ ਕੇ ਆਵਾਲ ਕਹਿੰਦੇ ਇੱਕ ਦੋ ਰਾਤ ਕਿਤੇ ਰਹਿ ਕੇ ਪਿੰਡਾਂ ਵਿੱਚ ਟਾਈਮ ਕੱਢ ਲਓ ਤਤਸ ਰੋਧਵ ਸੋਧਰਵ ਕੇ ਗਮਨੋ ਪਿਕ ਥਾਈ ਤੇ ਸਾਧਨ ਜਿਹਦੇ ਪਿੰਡੇ ਕੰਡੇ ਆਇਆ ਜੇ ਅਸੀਂ ਉਧਰ ਜਾਣਾ ਮਾਰੇ ਦਾ ਇਰਾਦਾ ਸੀ ਮਰਾਨਾ ਦੇ ਇਲਾਕੇ ਜਾਣ ਦਾ ਮਰਾਨਾ ਦਾ ਇਲਾਕਾ ਜਿਹੜਾ ਹੈ ਸਾਧ ਸੰਗਤ ਜੀ ਦਾ ਉਦਵੇ ਸਾਹਿਬ ਦਾ ਬਟਿੰਡੇ ਦਾ ਮੋਗੇ ਦਾ ਇਹ ਇਲਾਕਾ ਮਾਲਵਾ ਦੇਸ਼ ਇਧਰ ਜਾਣਾ ਸੀ ਮਾਲਕ ਕਹਿੰਦੇ ਉਧਰ ਆਲਾ ਸਾਰਿਆਂ ਨੇ ਉੱਥੇ ਇਕੱਠੇ ਹੋਵਾਂਗੇ ਸੋਰਠਾ ਦਿੱਲੀ ਕੋ ਬਸਨੀਕ ਕਹਿੰਦੇ ਦਿੱਲੀ ਦਾ ਰਹਿਣ ਵਾਲਾ ਇੱਕ ਸਿੱਖ ਲਸ਼ਕਰ ਬਿਖੈ ਗੁਰੂ ਦੀ ਫੌਜ ਦੇ ਵਿੱਚ ਸੀਗਾ ਆਉਚਕ ਆਏ ਨਜਨੀ ਨਜੀਕ ਇੱਕ ਦਮ ਉਸ ਵੇਲੇ ਨੇਰੇ ਚ ਰਾਤ ਨੂੰ ਗੁਰੂ ਸਾਹਿਬ ਦੇ ਕੋਲ ਆ ਗਿਆ ਜਿੱਥੇ ਸਿੰਘ ਗੁਰੂ ਸਾਹਿਬ ਨਾਲ ਖੜ ਕੇ ਗੱਲਬਾਤ ਕਰ ਰਹੇ ਸੀ ਨਾ ਵਿਚਾਰ ਕਰ ਰਹੇ ਸੀ ਉਥੇ ਪਹੁੰਚ ਗਿਆ ਕਰੀ ਚਰਨ ਗੁਰਬੰਦਨਾ ਜਨਰਾਜ ਮਥਾ ਟੇਕਿਓ ਸਿੰਘ ਨੇ ਆਕੇ ਕਹਉ ਆਪ ਕੋਛ ਕਾਜ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਮੈਂ ਕੋਈ ਸੇਵਾ ਕਰ ਸਕਦਾ ਤੇ ਕਰਾਂਗਾ ਜੋ ਮੋਤੇ ਕੋਛ ਬਨ ਸਕੈ ਮੈਂ ਕੋਈ ਸੇਵਾ ਕਰ ਸਕਦਾ ਹੋਵਾਂ ਤੇ ਮੈਨੂੰ ਕੋਈ ਪਹਿਰਾ ਲਾਓ ਸਤਿਗੁਰੂ ਜੀ ਰਾਜਨ ਕੇ ਮਹਾਰਾਜ ਤੇ ਰਾਜੇ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਕਲਗੀਆਂ ਵਾਲੇ ਪਿਤਾ ਜੀ ਸਕਲ ਕਲਾ ਸਮਰਥ ਤੁਮ ਸਾਰੇ ਕਲਾ ਸਮਰਾਥੋ ਜੋ ਚਾਓ ਸੋ ਕਰ ਸਕਦੇ ਹੋ ਸੱਜੇ ਬਾਦਸ਼ਾਹ ਜੀ ਸ਼੍ਰੀ ਮੁਖਤੇ ਕਹਤਾ ਹੈ ਦਿੱਲੀ ਵਾਲੇ ਸਿੰਘ ਦਾ ਵੇਦ ਦਾ ਸੁਣ ਕੇ ਉਹਨੂੰ ਬੋਲੇ ਮਹਾਰਾਜ ਕਲਗੀਧਰ ਜੀ ਨੀਕੇ ਅਵਸਰ ਮਹਿ ਮਿਲੇਓ ਮਹਾਰਾਜ ਕਹਿੰਦੇ ਸਿੰਘਾ ਟੈਮ ਦੇ ਨਾਲ ਆਇਆ ਬੜੇ ਮੌਕੇ ਤੇ ਆਇਆ ਤੇਰੀ ਐਸੇ ਬੜੇ ਲੋੜ ਸੀ ਜਾਤ ਬਹੀਰ ਹੈ ਮਾਹੇ ਮਹਾਰਾਜ ਕਹਿੰਦੇ ਅੱਗੇ ਵੀਰ ਜਾ ਰਿਹਾ ਤੇ ਵੀਰ ਦੇ ਵਿੱਚ ਜੁਗ ਡੋਰੇ ਤਿੰਨ ਸੌ ਮਿਲੇ ਦੇ ਦੋ ਮਹਿਲ ਜਾ ਰਹੇ ਨੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵੀ ਜੀ ਅੱਗੇ ਜਾ ਰਹੀਆਂ ਸੰਤ ਵੀ ਉਹ ਜਾ ਰਹੇ ਨੇ ਸਾਡੇ ਮਹਿਲ ਅੱਗੇ ਉਹਨਾਂ ਨੂੰ ਜਾ ਕੇ ਮਿਲ ਪੈ ਪੁਨਰੋਪਰ ਕੇ ਵਿੱਚ ਤੇ ਉਹਨਾਂ ਨੂੰ ਰੋਪਣ ਲੈ ਜਾ ਰੋਪੜ ਦੇ ਵਿੱਚ ਉੱਚੇ ਖੇੜੇ ਦੇ ਕੋਲ ਕਿਸਕੇ ਸਦਨ ਉਤਾਰ ਦੇਹੋ ਕਿਸੇ ਦੇ ਘਰ ਉੱਥੇ ਆਏ ਨੇ ਤੇ ਉੱਥੇ ਉਤਾਰਾ ਕਰਾ ਕੇ ਅੱਜ ਦੀ ਰਾਤ ਜਿਹੜਾ ਸਵੇਰ ਦਾ ਟਾਈਮ ਹੈ ਦਿਨ ਦਾ ਉਹ ਲੰਘਾ ਲੋ ਤੇ ਜਦੋਂ ਕੱਲ ਦੀ ਰਾਤ ਆਏਗੀ ਤੇ ਫਿਰ ਉਹ ਤੋਂ ਅੱਗੇ ਪਿੱਛੇ ਕਿਤੇ ਚਲੇ ਜਾਇਆ ਜੀ ਲਖੈ ਉਚਨਹ ਨੀਚ ਓਏ ਉਚ ਨੀਚ ਨਹੀਂ ਜਾਣ ਸਕਿਆ ਕਿਸੇ ਨੂੰ ਪਤਾ ਨਹੀਂ ਲੱਗੇਗਾ ਡਰਨ ਦੀ ਲੋੜ ਨਹੀਂ ਐ ਨਹਿ ਸ਼ੰਕਾ ਚਿਤ ਤਾਰਿਯ ਹੈ ਬੰਦ ਕੋਈ ਸ਼ੰਕਾ ਨਾ ਕਰੋ ਗੁਰੂ ਨਾਨਕ ਦੇਵ ਜੀ ਆਪੇ ਹੀ ਪੜਦੇ ਟੱਕਣਗੇ ਤੇ ਤੁਸੀਂ ਦੋਵਾਂ ਬਹਿਨਾਂ ਨੂੰ ਲੈ ਕੇ ਰਾਜ ਦੀ ਰਾਤ ਰੋਪੜ ਰਵੋ ਸਿੱਖ ਬੋਲਿਓ ਕਰ ਬੰਦ ਉਹ ਬੀਬੀ ਵਾਲਾ ਸਿੰਘ ਹੱਥ ਜੋੜ ਕੇ ਕਹਿਣ ਲੱਗਾ ਮਮਸਨ ਬੰਦੀ ਕਰ ਬਸ ਹੈ ਮਹਾਰਾਜੀ ਤੇ ਰੋਪੜ ਨੇ ਮੇਰੇ ਰਿਸ਼ਤੇਦਾਰ ਨੇ ਮੇਰੀ ਜਾਣ ਪਛਾਣ ਹੈ ਇੱਥੇ ਵੇਰੇ ਭਾਈ ਚਾਰਾ ਮੈਂ ਰਿਸ਼ਤੇਦਾਰ ਉੱਥੇ ਲੈ ਜਾਂਦਾ ਮਾਤਾ ਜੀ ਨੂੰ ਕਰ ਹੌਸਲਾ ਸਹਾਏ ਬਲੰਦ ਆਪ ਜੀ ਸਹੀ ਹੋ ਸੱਜੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੀ ਹੈ ਤਹਾਂ ਉਤਾਰੋ ਜਾਏ ਕਰ ਮੈਂ ਉੱਥੇ ਲਿਜਾ ਕੇ ਉਤਾਰਾ ਕਰਾਵਾਂਗਾ ਆਪਣੇ ਰਿਸ਼ਤੇਦਾਰਾਂ ਦੇ ਘਰ ਦੋਵਾਂ ਮਾਈਆਂ ਨੂੰ ਪੂਰਨ ਗੁਰੂ ਮਹਾਨ ਪੂਰਨ ਪੂਰੇ ਸਤਿਗੁਰੂ ਕਲਗੀਧਰ ਜੀ ਮੈਂ ਸਿੱਖ ਹੋਏ ਨਾ ਡਰਤ ਹਾਂ ਮੈਂ ਤੁਹਾਡਾ ਸੇਖ ਹਾਂ ਤੁਸੀਂ ਪੂਰੇ ਗੁਰੂ ਹੋ ਮੈਨੂੰ ਕਾਦਾ ਡਰ ਹੈ ਸੇ ਰੂਪ ਤੁਹਾਡਾ ਗੁਰੂ ਸੂਰਾ ਨਾਨਕਤਾ ਕੇ ਕਾਰਜ ਪੂਰਾ ਮਹਾਰਾਜ ਜੀ ਆਪ ਜੀ ਸਿਰ ਤੇ ਖੜੇ ਹੋ ਮੈਨੂੰ ਕੋਈ ਖਤਰਾ ਨਹੀਂ ਹੈ ਤੁਹਾਡੇ ਹੁੰਦਿਆ ਰਛੋ ਆਪ ਸੁਜਾਨ ਇਸ ਤੇ ਬਾਦਸ਼ਾਹ ਜੀ ਆਪ ਰੱਖਿਆ ਕਰੋ ਕਰੋ ਅਜਤਨ ਅਰਾਧਨਾ ਮਹਾਰਾਜ ਜੀ ਗਰੀਬ ਨਵਾਜ਼ ਜੀ ਮੈਂ ਤਾਂ ਬਸ ਅਰਾਧ ਰਹੀ ਕਰਨੀ ਹੈ ਮੈਂ ਕੋਈ ਯਤਨ ਨਹੀਂ ਕਰਨਾ ਤੁਸੀਂ ਆਪ ਹੀ ਕਰਨਾ ਸਾਰਾ ਕੁਝ ਮੈਂ ਲੈ ਕੇ ਮਾਤਾ ਜੀ ਨੂੰ ਜਾਵਾਂਗਾ ਤੁਸੀਂ ਫਿਕਰ ਨਾ ਕਰੋ ਸਵਈਆ ਯੋਕ ਹੈ ਆਇ ਸਪਾਏ ਤਬੈ ਸਿਖ ਦਿੱਲੀ ਵਾਲਾ ਸਿੱਖ ਮਹਾਰਾਜ ਦਾ ਹੁਕਮ ਪਾ ਕੇ ਜਾਏ ਬਹੀਰ ਕੀ ਪੀਰ ਮਹਿ ਡੋਰੇ ਅੱਗੇ ਪੀਰ ਜਾ ਰਹੀ ਸੀ ਨਾ ਜਿੱਥੇ ਰੇੜਿਆ ਗੱਡਿਆ ਤੇ ਉੱਥੇ ਪਹੁੰਚ ਗਿਆ ਜਿਥੇ ਮਾਤਾ ਜੀ ਦਾ ਡੋਲਾ ਜਾ ਰਿਹਾ ਸੀ ਤੂਰਨਤਾ ਕਰ ਬੰਧਨ ਕੋ ਛੇਤੀ ਦਾਲ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵੀ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਸਿੱਖ ਨੇ ਤਹ ਤਾਏ ਗਇਓ ਫਿਰ ਕਹਿ ਤਹ ਟੋਰੇ ਉਹ ਮਾਤਾ ਨੂੰ ਮੱਥਾ ਟੇਕ ਕੇ ਤੇ ਉੱਥੇ ਪਹੁੰਚ ਗਿਆ ਦੌੜ ਕੇ ਜਿੱਥੇ ਮਾਤਾ ਜੀ ਦੇ ਡੋਲੇ ਜਾ ਰਹੇ ਸਨ ਡੱਬ ਲਏ ਉਸਨੇ ਮਾਤਾ ਥਿਰੋ ਨਹ ਜਾਹੋ ਅਬਾ ਮਾਤਾ ਜੀ ਛੇਤੀ ਕਰੋ ਇੱਥੋਂ ਦੌੜੀਏ ਆਪਾ ਹੁਣ ਜਿਸ ਬੀਤ ਚਦੀ ਹੋਏ ਚਾਹਤ ਪੋਰੇ ਰਾਤ ਬੀਤ ਚੱਲੀ ਆ ਸਵੇਰ ਹੋਣ ਵਾਲੀ ਐ ਘੰਟਾ ਕ ਦਿਨ ਘੰਟੇ ਕ ਨੂੰ ਦਿਨ ਚੜ ਜਾਣਾ ਫੇ ਪਤਾ ਲੱਗ ਜਾਣਾ ਸਾਰਾ ਹਨੇਰੇ ਚ ਤਾਂ ਬੰਦਾ ਨਿਕਲ ਜਾਂਦਾ ਦੁਸ਼ਮਣਾਂ ਦੀ ਫੌਜ ਸਾਰੇ ਪਾਸੇ ਫੈਲ ਜਾਣੀ ਹੈ ਤੋ ਹਨੇਰਾ ਮਾਤਾ ਜੀ ਛੇਤੀ ਛੇਤੀ ਚੱਲੀਏ ਛਤਰਣ ਪਾਪ ਦਗਾ ਸਭ ਕੀਨ ਪਹਾੜੀਆਂ ਨੇ ਦਗਾ ਕੀਤਾ ਪਿੱਛੇ ਸ਼ਤਰੂਆਂ ਨੇ ਹਮਲਾ ਕਰ ਦਿੱਤਾ ਮਾਤਾ ਜੀ ਤੁਸੀਂ ਤੇ ਅੱਗੇ ਆ ਗਏ ਪਿੱਛੇ ਬਹੁਤ ਸਾਰੇ ਸ਼ਹੀਦ ਹੋ ਗਏ ਹਨ ਮਿਲੇਗਾ ਨ ਆਏ ਸਮ ਬਿੱਤ ਥੋਰੇ ਦੁਸ਼ਮਣ ਬਹੁਤ ਜ਼ਿਆਦਾ ਥੋੜੇ ਚਿਰ ਵਿੱਚ ਹੀ ਆ ਕੇ ਆਪਾਂ ਨੂੰ ਘੇਰਾ ਪਾ ਲਵੇਗਾ ਸ਼੍ਰੀ ਪ੍ਰਭ ਆਇਸ ਮੋਹ ਦੇਈ ਮੈਂ ਜ਼ਿੱਲੀ ਦਾ ਰਹਿਣਾ ਸਿੱਖਿਆ ਤੁਹਾਡਾ ਚਰਣਾ ਦਾ ਮੈਨੂੰ ਸਤਿਗੁਰੂ ਜੀ ਨੇ ਹੁਕਮ ਲਾਇਆ ਹੈ ਪੂਰੇ ਮੈਂ ਸੰਨ ਬੰਦ ਕਰੋ ਤਹ ਡੇਰਾ ਮੇਰੀ ਇੱਥੇ ਰਿਸ਼ਤੇਦਾਰੀ ਹੈ ਤੇ ਮਾਤਾ ਜੀ ਉੱਥੇ ਆ ਜਾਓ ਮੈਂ ਆਪਾਂ ਉੱਥੇ ਰਾਤ ਸਵੇਰ ਦਾ ਅੱਜ ਦਿਨ ਦਾ ਉੱਥੇ ਡੇਰਾ ਕਰਾਂਗੇ ਸੈਂ ਤੇ ਲੇਹੋ ਬਚਾਏ ਤਹਾਂ ਇਹ ਦੁਸ਼ਮਣ ਦੀ ਫੌਜ ਤੋਂ ਬਚਾਅ ਹੋ ਜਾਏਗਾ ਬੈਰੀ ਤੋਂ ਥੋੜਾ ਪਰਦਾ ਹੋ ਜਾਏਗਾ ਮਾਤਾ ਜੀ ਪੁਣ ਆਪ ਚਲੋ ਜਿਹੇ ਠਾਂ ਘਰ ਮੇਰਾ ਫਿਰ ਦਿੱਲੀ ਚਲਾਂਗੇ ਮੇਰਾ ਘਰ ਹੈ ਉੱਥੇ ਰਵਾਂਗੇ ਜਾਵਰ ਕੀ ਬਹੁ ਸੰਗਤ ਹੈ ਦਿੱਲੀ 'ਚ ਤੁਹਾਡੀ ਸੰਗਤ ਬੜੀ ਹੈ ਮਾਤਾ ਜੀ ਕਰ ਪੰਗਤ ਸੇਵਹ ਸਾਂਝ ਸਵੇਰਾ ਔਰ ਸਾਂਝ ਸਵੇਰ ਸੇਵਾ ਕਰਦੇ ਸਿੱਖ ਬੜਾ ਪ੍ਰੇਮ ਕਰਦੇ ਆ ਬਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਦਿੱਲੀ ਦੇ ਸਿੱਖ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਮਹਾਰਾਜ ਨੇ ਉੱਥੇ ਹਾਥੀ ਜਿੰਦਾ ਕੀਤਾ ਸੀ ਨਾ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਦਿੱਲੀ 'ਚ ਉਦੋਂ ਤੋਂ ਹੀ ਸਿੱਖੀ ਫੈਲ ਫੈਲ ਗਈ ਸੀ ਸੋ ਦਿੱਲੀ ਦੇ ਸਿੱਖ ਤੁਹਾਡੇ ਮਾਦਾਰੀ ਬਹੁਤ ਹਨ ਸੇਵਾ ਕਰਨਗੇ ਉੱਥੇ ਚੱਲਾਂਗੇ ਆਪਾਂ ਫੇਰ ਮਿਲੋ ਜਿਸ ਥਾਨ ਟਿਕੈ ਗੁਰ ਜਿਸ ਤੇ ਗੁਰੂ ਸਾਹਿਬ ਟਿਕੜ ਗਏ ਬੈਠਣ ਗਏ ਜੰਗਾਂ ਜੁੱਧਾਂ ਦੇ ਵੇਲੇ ਹੋ ਗਏ ਉਥੇ ਮਾਤਾ ਜੀ ਤੁਹਾਨੂੰ ਲੈ ਆਵਾਂਗੇ ਗੁਰੂ ਜੀ ਨੂੰ ਮਿਲਾ ਦੇਵਾਂਗੇ ਹੋਏ ਰਹੇ ਉਹ ਅਬ ਜੰਗ ਬਸੇਰਾ ਪੂਰ ਤਾਂ ਸਿਰ ਤੇ ਜੰਗ ਹੈ ਹਰ ਪਾਸੇ ਬਹੁਤ ਹੈ ਲੜਾਈ ਹੈ ਇਸ ਵੇਲੇ ਮਾਤਾ ਜੀ ਨਾਲ ਰਹਿਣਾ ਗੁਰੂ ਸਾਹਿਬ ਦੇ ਠੀਕ ਨਹੀਂ ਹੈ ਜੋ ਕਹ ਕਾ ਨਿਜ ਸੰਗ ਲੈ ਇਸ ਤਰ੍ਹਾਂ ਬਾਤਾ ਸੁੰਦਰੀ ਜੀ ਤੇ ਬਾਤਾ ਸਾਹਿਬ ਦੇ ਵੀ ਜੀ ਨੂੰ ਨਾਲ ਲੈ ਲਿਆ ਤੁਮ ਬ੍ਰਿੰਦ ਹਤੋ ਕਰਮ ਹੈ ਉਤਰਾਏ ਬੋਲ ਜਿਆਦਾ ਹਨੇਰਾ ਸੀ ਤੇ ਹਨੇਰੇ ਤੇ ਸਿਰ ਚੜਨ ਤੋਂ ਪਹਿਲਾਂ ਪਹਿਲਾਂ ਉੱਚੇ ਖੇੜੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੈ ਗਿਆ ਬੰਦੋ ਸਿੱਖ ਏਕ ਹੀ ਰਾਤ ਬਸੇ ਗੁਰ ਰੋਪਰ ਤੇ ਇੱਕ ਰਾਤ ਗੁਰੂ ਸਾਹਿਬ ਰੋਪੜ ਬਾਤਾ ਜੀ ਰਹੇ ਤੇ ਅਗਲੇ ਫਿਰ ਤੂੰ ਚਾਲਾ ਪਾ ਦਿੱਤਾ ਤੇ ਗੁਰੂ ਸਾਹਿਬ ਜੀ ਉੱਥੇ ਜਦੋਂ ਸਵੇਰੇ ਪਹੁੰਚੇ ਹਨ ਦਿਨ ਚੜੇ ਪਹੁੰਚੇ ਹਨ ਸਾਧ ਸੰਗਤ ਜੀ ਕੋਈ 6 ਵਜੇ ਸਵੇਰੇ ਉਹ ਨਿਆਖਾਂ ਦੀ ਹਵੇਲੀ ਦੇ ਵਿੱਚ ਹਾਂਜੀ ਪੋਰ ਵਾ ਗਾਡੀ ਮੈਲੀਨ ਚੜਾਏ ਤੇ ਫਿਰ ਬਾਬਾ ਜੀ ਨੂੰ ਉਹਨੇ ਰਾਤ ਨੂੰ ਦਿਦ ਕੱਢ ਲਿਆ ਰਾਤ ਕੱਢ ਲਈ ਇੱਥੋਂ ਥੋੜਾ ਜਿਹਾ ਰਸਤਾ ਸਾਫ਼ ਹੋ ਗਿਆ ਕਿ ਦੁਸ਼ਮਣ ਚਮਕੌਰ ਵੱਲ ਚਲਾ ਗਿਆ ਸੀ ਫਿਰ ਉਹ ਗੱਡੇ 'ਚ ਬਿਠਾ ਕੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਜੀ ਦਿੱਲੀ ਲੈ ਗਿਆ ਸੀ ਦਿੱਲੀ ਕੇ ਪੰਥ ਪਰੇ ਤਬ ਹੂੰ ਦਿੱਲੀ ਦੇ ਰਾਹ ਪੈ ਗਏ ਫਿਰ ਚੱਲ ਕੈ ਦਿਨ ਕੀ ਤਕ ਮਹਿਤ ਹੈ ਆਏ ਫਿਰ ਦੋ ਚਾਰ ਦਿਨ ਤੁਰ ਕੇ ਦਿੱਲੀ ਪਹੁੰਚ ਗਏ ਕਹੂ ਨਾ ਪੀਦ ਲਖਿਓ ਨਹਿ ਪਿਖਿਓ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਮਾਤਾ ਕਿੱਧਰ ਗਈਆਂ ਕਿਉਂਕਿ ਦੁਸ਼ਮਣ ਦਾ ਇਰਾਦਾ ਗੁਰੂ ਸਾਹਿਬ ਵਾਲ ਸੀ ਵੀ ਗੁਰੂ ਸਾਹਿਬ ਜਿੰਦੇ ਮਿਲ ਜਾਣ ਜਾਂ ਸ਼ਹੀਦ ਕਰਕੇ ਅਸੀਂ ਲੜਾਈ ਮੁਕਾਈਏ ਪਰ ਮਾਤਾ ਜੀ ਉਥੋਂ ਕਿੱਧਰ ਗਏ ਉਹ ਕਿਸੇ ਨੂੰ ਪਤਾ ਨਹੀਂ ਲੱਗਾ ਉਹ ਦਿੱਲੀ ਪਹੁੰਚ ਗਏ ਰਿਪ ਅੱਖ ਨੇ ਮਹਾਰਾਜ ਪਹੁੰਚ ਕੋ ਪਾਏ ਰਿਪ ਅੱਖਾਂ ਵਿੱਚ ਘੱਟਾ ਪਾ ਕੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵੀ ਜੀ ਨੂੰ ਸਿੱਖ ਦਿੱਲੀ ਲੈ ਗਏ ਨਾਲ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦਾ ਵੀ ਜ਼ਿਕਰ ਹੁੰਦਾ ਵੀ ਉਹ ਵੀ ਨਾਲ ਗਏ ਸਨ ਹਾਂਜੀ ਸ਼੍ਰੀ ਗੁਜਰੀ ਜੁਗ ਪੋਤਰਨ ਕੇ ਜੁਤ ਮਾਤਾ ਗੁਜਰੀ ਜੀ ਆਪਣੇ ਛੋਟੇ ਪੋਤਰਿਆਂ ਦੇ ਸਮੇਤ ਸਯੰਦਨ ਕੋ ਕਰ ਬੇਗ ਚਲਾਈ ਔਰ ਰਥ ਰੂ ਤੇਜ਼ੀ ਨਾਲ ਚਲਾਈ ਜਾਂਦੇ ਹਨ ਦੁਆ ਮਹਿਲਾ ਜਿਮ ਜਾਤ ਪਈ ਸੋ ਜਿਵੇਂ ਮਾਤਾ ਮਾਤਾ ਸੁੰਦਰੀ ਜੀ ਦੇ ਮਾਤਾ ਸਾਹਿਬ ਦੇਵਾ ਜੀ ਗਏ ਨੇ ਕਥਾ ਕਹਿ শ্রোਤਨ ਬ੍ਰਿੰਦ ਸੁਨਾਈ ਉਹ ਕਥਾ ਕਵੀ ਜੀ ਕਹਿੰਦੇ ਅਸੀਂ ਤੁਹਾਨੂੰ ਸੁਣਾ ਦਿੱਤੀ ਹੈ ਔਰ ਬਹੀਰ ਗਇਓ ਟਟ ਰੋਪਰ ਬਾਕੀ ਜਿਹੜਾ ਵੀਰ ਸੀ ਉਹ ਰੋਪੜ ਵਾਲੇ ਪਾਸੇ ਗਿਆ ਆਨ ਮਲੇਛ ਮਿਲੇ ਸਮਦਾਈ ਉਹਨਾਂ ਨੂੰ ਆ ਕੇ ਬਰੇਸ਼ਰ ਦੇ ਬੜਾ ਨੁਕਸਾਨ ਪਹੁੰਚਾਇਆ ਆਪਣੇ ਆਪਣੇ ਰਾਹ ਪਰੇ ਅਵਲਾ ਕਰਤਾ ਉਹ ਰੋਪੜ ਦੇ ਕੋਲ ਆ ਕੇ ਲੜੜਾ ਨੇ ਉਥੇ ਫਿਰ ਖੱਡ ਗਈ ਵੀਰ ਕੋਈ ਇਧਰ ਭੱਜ ਗਿਆ ਕੋਈ ਇਧਰ ਭੱਜ ਗਿਆ ਕੋਈ ਝਾੜਾਂ ਚ ਲੁਕ ਗਿਆ ਕੋਈ ਉਹਨਾਂ ਨੇ ਵੱਢ ਦਿੱਤੇ ਮਾਰ ਦਿੱਤੇ ਬੱਚੇ ਵੀ ਬੀਬੀਆਂ ਵੀ ਬੁੱਢੇ ਵੀ ਇਹ ਵਿਚਾਰੇ ਆਪਣੇ ਰਿਸ਼ਤੇਦਾਰਾਂ ਕੋਲ ਪਿੰਡਾਂ 'ਚ ਚਲੇ ਗਏ ਬਹੁਤੇ ਤਾਂ ਮਾਰੇ ਹੀ ਗਏ ਕੁਛ ਕੁਛ ਜਿਹੜੇ ਕੋਈ ਬੱਚੇ ਲੁਕ ਛਿਪ ਗਏ ਤੋਂ ਕਹਿੰਦੇ ਉੱਥੇ ਬਹੁਤ ਨੁਕਸਾਨ ਹੋਇਆ ਵੀਰ ਦਾ ਕੁਛ ਲੂਟ ਲੀਏ ਬੱਡ ਬਾਹਣੀ ਆਈ ਦੂਸਰੂ ਦੀ ਫੌਜ ਆਈ ਉਹਨਾਂ ਨੇ ਲੁੱਟ ਲਿਆ ਲੋਕਾਂ ਨੂੰ ਜੋ ਕਿਸੇ ਕੋਲ ਸੋਨਾ ਸੀ ਕਿਸੇ ਕੋਲ ਕੱਪੜਾ ਸੀ ਕੋਈ ਕੋਈ ਗਹਿਣਾ ਸੀ ਕੋਈ ਭਾੜਾ ਸੀ ਉਹ ਵੀ ਲੁੱਟ ਕੇ ਲੈ ਗਏ ਵਿਚਾਰੇ ਲੋਕਾਂ ਦਾ ਤਾਂ ਬਹੁਤ ਨੁਕਸਾਨ ਹੋਇਆ ਵੀਰ ਦਾ ਰੋਪੜ ਦੇ ਕੋਲ ਫੇਰ ਕਰੀ ਬਨਤੀ ਬਹੁ ਸਿੰਘਨ ਫੇਰ ਸਿੰਘ ਅਰੇ ਮਹਾਰਾਜ ਨੂੰ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਜੀ ਨੂੰ ਸ੍ਰੀ ਪ੍ਰਭ ਜੀ ਤੁਮ ਆਪ ਸਿਧਾਵੋ اے ਮਹਾਰਾਜ ਜੀ ਤੁਸੀਂ ਨਿਕਲ ਜਾਓ ਕੱਲੇ ਹੱਥ ਕੋ ਜੋਰ ਨਿਹੋਰਤ ਹੈ ਤੁਹਾਨੂੰ ਹੱਥ ਜੋੜ ਕੇ ਵਾਸਤੇ ਪਾ ਪਾ ਕੇ ਕਹਿੰਦੇ ਆ ਮਹਾਰਾਜ ਜੀ ਕਿਰਪਾ ਕਰੋ ਛੇਤੀ ਇੱਥੋਂ ਜਾਓ ਤੁਸੀਂ ਸਾਡਾ ਖੇੜਾ ਛੱਡੋ ਅਸੀਂ ਲੜਾਂਗੇ ਅਸੀਂ ਸੀਛੇ ਹੋਵਾਂਗੇ ਅਸੀਂ ਦੁਸ਼ਮਣ ਨਾਲ ਜੂਝਾਂਗੇ ਤੁਸੀਂ ਜਾਓ ਮਹਾਰਾਜ ਜੀ ਤੇ ਕਿਤੇ ਗੁਪਤ ਹੋ ਕੇ ਸਮਾਂ ਕਢੋ ਤੇ ਫਿਰ ਖਾਲਸਾ ਪੰਥ ਪ੍ਰਗਟ ਕਰ ਲਿਆ ਜੇ ਫਿਰਦਾਸ ਰਹਾ ਜਿਸ ਬਾਖ ਅਲਾਵੋ ਜਿਹੜੇ ਸਿੰਘ ਦਾ ਪਹਿਰਾ ਨਾਲ ਲਾ ਦੇਉ ਜਰਨੈਲ ਦਾ ਜਿਹਨੂੰ ਜਥੇਦਾਰ ਬਣਾਣਾ ਭਾਈ ਦਿਆ ਸਿੰਘ ਜੀ ਨੂੰ ਬਣਾਣਾ ਆਲੂ ਸਿੰਘ ਜੀ ਨੂੰ ਬਣਾਣਾ ਜਾਂ ਹੋਰ ਕਿਸੇ ਸਿੰਘ ਨੂੰ ਮੁਖੀ ਬਣਾਣਾ ਉਹਨੂੰ ਬਣਾ ਕੇ ਇੱਥੇ ਜਥੇਦਾਰ ਤੇ ਫੌਜ ਦੀ ਕਮਾਂਡ ਦਿਓ ਤੇ ਆਪ ਇੱਥੋਂ ਨਿਕਲੋ ਸਤਿਗੁਰੂ ਜੀ ਲਖੋ ਛਤਰ ਚ ਹੈ ਤੁਮ ਕੋ ਲਖ ਵੈਰੀ ਤੁਹਾਨੂੰ ਫੜਨਾ ਚਾਹੁੰਦਾ ਤੁਹਾਨੂੰ ਮਾਰਨਾ ਚਾਹੁੰਦਾ ਤੁਹਾਡੇ ਮਗਰ ਲੱਗਾ ਹੋਇਆ ਨਹੀਂ ਵਿੱਚ ਫਸੋ ਨਹਿ ਜੰਗ ਮਚਾਵੋ ਮਹਾਰਾਜੇ ਘੇਰੇ ਜ ਨਾ ਫਸੋ ਨਾ ਫਸੋ ਨਾ ਜੰਗ ਕਰੋ ਛੇਤੀ ਨਿਕਲੋ ਇੱਥੋਂ ਸਤਿਗੁਰੂ ਜੀ ਪੰਥ ਕਹੈ ਸਬ ਮੰਨ ਹੋ ਕਿਉਂ ਨਹਿ ਤੁਹਾਨੂੰ ਸਾਰਾ ਪੰਥ ਖਾਲਸਾ ਕਹਿ ਰਿਹਾ ਮੰਨਦੇ ਕਿਉਂ ਨਹੀਂ ਤੁਸੀਂ ਕਿਉਂ ਜਿੱਦ ਫੜੀ ਐ ਖਾਲਸੇ ਦੇ ਨਾਲ ਰਵਾਂਗਾ ਨਾਲ ਲੜਾਂਗਾ ਨਾਲ ਸ਼ਹੀਦ ਹੋਵਾਂਗਾ ਇਹ ਨਾ ਕਰੋ ਛੇਤੀ ਕਰੋ ਤੁਸੀਂ ਨਿਕਲੋ ਸਤਿਗੁਰੂ ਜੀ ਤੇਜ ਤੁਰੰਗ ਕਰੇ ਚੱਲ ਜਾਵੋ ਬਸ ਘੋੜੇ ਨੂੰ ਅੱਡੀ ਲਾਓ ਤੇ ਨਿਕਲ ਜਾਓ ਬਾਉ ਦਾਈ ਜਿੰਨਾ ਛੇਤੀ ਹੁੰਦਾ ਮਹਾਰਾਜ ਦੂਰ ਚਲੇ ਜਾਓ ਸ਼੍ਰੀ ਗੁਰੂ ਰੂਪ ਵਿਚਾਰਤ ਭੇ ਠੀਕ ਗਲਗੀਦਰ ਪਾਸ਼ਾ ਮਹਾਰਾਜ ਖਾਲਸੇ ਦੀ ਵਿਚਾਰ ਸੁਣ ਕੇ ਉਹ ਤਾਂ ਹੁਣ ਵੱਡਿਆ ਨਹੀਂ ਤਾਂ ਵੱਡੀ ਗੱਲ ਸੋਚਣੀ ਐ ਬੱਚਿਆਂ ਨੇ ਬੱਚਿਆਂ ਲਈ ਸੋਚਣੀ ਹੈ ਮਾਪੇ ਨੇ ਮਾਪੇ ਲਈ ਸੋਚਣੀ ਹੈ ਸਤਿਗੁਰੂ ਆਪਣੇ ਬੱਚਿਆਂ ਨੂੰ ਛੱਡ ਕੇ ਕਿੱਥੇ ਜਾਣ ਖਾਲਸੇ ਨੂੰ ਛੱਡ ਕੇ ਪਿੱਠ ਵਿਖਾ ਕੇ ਕਿੱਥੇ ਜਾਣ ਸੂਰਬੇ ਦਾ ਕੰਮ ਨਹੀਂ ਹੈ ਤੁਮਾਰੈ ਦਸਵੇਂ ਪਾਸ਼ਾ ਵਿਚਾਰ ਕਰਦੇ ਹੈ ਇਮਨੇਤ ਅਕਾਲ ਪਰਮੇਸ਼ਵਰ ਕੇਰੀ ਇਹ ਅਕਾਲ ਪੁਰਖ ਦਾ ਬਾਣਾ ਹੈ ਹੁਕਮ ਹੈ ਉੱਤੋਂ ਜਿਹੜਾ ਹੁਕਮ ਆ ਰਿਹਾ ਉਹ ਹੁਕਮ ਕੀ ਹੈ ਉਹ ਵੇਖੋ ਤੋਰ ਤੁਰੰਗ ਮਤੂਰਨਤਾ ਜੁਤ ਚਲੋ ਖਾਲਸਾ ਜੀ ਕਹਿ ਕੇ ਘੋੜੇ ਆਪਣੇ ਤਿੱਖੇ ਕਰ ਲੈ ਸਾਰਿਆਂ ਨੇ ਰੋਪਰ ਕੋ ਉਲੰਘੇ ਤੇ ਸਬੇਰੀ ਤੇ ਰੋਪਣ ਪਿੰਡ ਵੀ ਟੱਪ ਗਏ ਰੋਪਣ ਪਿੰਡ ਟੱਪ ਗਏ ਤੇ ਰੋਪੜ ਦੇ ਲਾਗੇ ਸਾਧ ਸੰਗਤ ਜੀ ਇੱਕ ਪਿੰਡ ਹੈ ਨਿਹੰਗ ਖਾਨ ਦਾ ਕੋਟਲਾ ਕੋਟਲਾ ਨਿਹੰਗ ਖਾਨ ਪਿੰਡ ਦਾ ਨਾ ਪਠਾਨ ਸੀ ਨਿਹੰਗ ਖਾਨ ਘੋੜਿਆਂ ਦਾ ਵਪਾਰੀ ਵੀ ਸੀ ਤੇ ਉਹਦਾ ਪੱਠਾ ਵੀ ਸੀ ਉਹਦੇ ਪੱਠੇ ਤੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਕੋੜਾ ਰੋਕਿਆ ਚਰਨ ਪਾਏ ਪੱਠਾ ਛੱਡਾ ਹੋ ਗਿਆ ਨੌਕਰਾਂ ਨੇ ਜਾ ਕੇ ਨਿਹੰਗ ਖਾਨ ਨੂੰ ਦੱਸਿਆ ਮਹਾਰਾਜ ਆਏ ਆ ਉਹ ਆਪਣੇ ਕਿਲੇ 'ਚ ਲੈ ਗਿਆ ਕਹਿਣ ਲੱਗਾ ਮਹਾਰਾਜ ਇਹ ਕਿਹਦਾ ਤੁਹਾਡਾ ਹੀ ਹੈ ਘਰ ਗੜੀ ਸੀ ਉਹਦੀ ਘਰ ਸੀ ਛੋਟਾ ਜਿਹਾ ਇੱਥੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰੋ ਪਹਿਲਾਂ ਮੈਂ ਲੜਾਂਗਾ ਮੈਂ ਮਾਰਾਂਗਾ ਫਿਰ ਤੁਹਾਡੇ ਬਰ ਕਿਸੇ ਨੂੰ ਆਣ ਦਿਆਂਗਾ ਮਾਰਾਂਗੇ ਕਹਿੰਦੇ ਨਿਆਂਖਾਨ ਤੇਰੀ ਸ਼ਰਧਾ ਤੇਰੀ ਭਾਵਨਾ ਤੇਰੀ ਪਿਆਰ ਤੇ ਮੁਹੱਬਤ ਤੋਂ ਅਸੀਂ ਕੁਰਬਾਨ ਜਾਂਦੇ ਆ ਪਰ ਜੰਗ ਦੀ ਨੀਤੀ ਹੈ ਦੁਸ਼ਮਣ ਨੂੰ ਭਜਾ ਕੇ ਮਾਰੀ ਦਾ ਦੁਸ਼ਮਣ ਦਾ ਜੋਰ ਲਵਾਈ ਦਾ ਜੇ ਅਸੀਂ ਇੱਥੇ ਹੀ ਆ ਗਏ ਉੱਤੋਂ ਕੋਲ ਆ ਕੇ ਉਹਦਾ ਜੋਰ ਨਹੀਂ ਲਗਣਾ ਅਸੀਂ ਥੋੜੇ ਘੇਰੇ ਜਾ ਜਾਵਾਂਗੇ ਅਸੀਂ ਅੱਗੇ ਜਾ ਕੇ ਕਿਤੇ ਹੋਰ ਸਾਡੇ ਜੰਗ ਲੜਾਂਗੇ ਨਾਲੇ ਤੇਰਾ ਘਰ ਨਹੀਂ ਉਜਾੜਦਾ ਤੇਰੇ ਘਰ ਦਾ ਵੀ ਨੁਕਸਾਨ ਹੁੰਦਾ ਤੂੰ ਸਾਡਾ ਪ੍ਰੇਮੀ ਹੈ ਤੂੰ ਇਜਕਾਰਾ ਸਾਡਾ ਸਿੰਘ ਹੈ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਇਹਦੀ ਸੰਭਾਲ ਕਰ ਦੋ ਗੋਲੀਆਂ ਲੱਗੀਆਂ ਸੀ ਬਾਬੇ ਬਚਿੱਤਰ ਸਿੰਘ ਨੂੰ ਅੰਧਖਾਂ ਦੇ ਘਰ ਛੱਡਿਆ ਆਹ ਮਹਾਰਾਜ ਜਤੂ ਚਾਲੇ ਪਾਏ ਸੋ ਰੋਪੜ ਟੱਪ ਗਏ ਹਨ ਮਹਾਰਾਜ ਜੀ ਸਿੰਘ ਖਰੇ ਤਹ ਕੇਤਕ ਪੇ ਕੋਲ ਸਿੰਘ ਉਥੇ ਖਲੋ ਗਏ ਸਭ ਛੋਰਤ ਹੈ ਗੁਲਕਾਂਬ ਹੋ ਤੇਰੀ ਜਿਹੜੇ ਪਿੱਛੇ ਤੁਰ ਗਾਗੇ ਸੀ ਰੋਪੜ ਤੱਕ ਉਹਨਾਂ ਦਾ ਮੁਕਾਬਲਾ ਕਰਨ ਲਈ ਉਸੇ ਗੋਥੇ ਰੋਪੜ ਦੇ ਕੋਲ ਹੀ ਖਲੋਤੇ ਗੋਲੀ ਚਲਾ ਰਹੇ ਨੇ ਰੋਕ ਤੇ ਰੋਖ ਬਿਲੋਕਤ ਹੈ ਦੁਸ਼ਮਣ ਦਾ ਰਾਹ ਰੋਕਦੇ ਨੇ ਲੜਦੇ ਨੇ ਸਿੰਘ ਇਸ ਬੀਤ ਚਲੀ ਲਗ ਹੋਣ ਸਵੇਰੀ ਰਾਤ ਬੀਤ ਚਲੀ ਐ ਸਵੇਰ ਹੋਣ ਵਾਲੀ ਹੋ ਗਈ ਐ ਸਵੇਰ ਦੇ ਲਗਭਗ 6 ਵਜ ਚੰਨੇ ਹਨ ਅੱਧੇ ਘੰਟੇ ਚ ਘੜੀ ਦੇ ਪਾਲ ਵਿੱਚ ਦਿਨ ਚੜ ਜਾਣਾ ਹੈ ਸੂਰਮੇ ਸਿੰਘ ਗੁਰੂ ਸੰਗ ਸਾਯੁਦ ਸਾ ਸੰਗਤ ਜੀ ਹੁਣ ਮਹਾਰਾਜ ਦੇ ਨਾਲ ਸ਼ਸਤਰ ਧਾਰੀ ਲੜਨ ਵਾਲੇ ਸਿੰਘ ਜਿਹੜੇ ਰਹਿ ਗਏ ਹਨ ਪੰਜ ਰੋ 30 ਗਏ ਤਿਸ ਕਾਲਾ ਉਹ 35 ਹਨ 35 ਸਿੰਘ ਮਹਾਰਾਜ ਦੇ ਨਾਲ ਰੋਪੜ ਟੱਪ ਗਏ ਹਨ ਔਰ ਪਰੇਪਟ ਸਾਥ ਮਲੇਛਨ ਬਾਕੀ ਰਹਿ ਗਏ ਨੇ ਉਹ ਰੋਪੜ ਦੇ ਕੋਲ ਮਲਖਪੁਰ ਰੰਗੜਾ ਦੇ ਕੋਲ ਇਹ ਇਲਾਕੇ ਦੇ ਵਿੱਚ ਤੁਰਕਾਂ ਨਾਲ ਲੜ ਰਹੇ ਹਨ ਉੱਥੇ ਗੋਲੀ ਚੱਲ ਰਹੀ ਹੈ ਉੱਥੇ ਮੁਕਾਬਲਾ ਹੋ ਰਿਹਾ ਹੈ ਉਹ ਸਿੰਘ ਪਿੱਛੋਂ ਆ ਰਹੀ ਫੌਜ ਦਾ ਰਾ ਰੋਕ ਕੇ ਖਲੋਤੇ ਹਨ ਛੋਰ ਤਫੰਗਨ ਕੋ ਰਣ ਕਹਲਾ ਔਰ ਗੋਲੀ ਚੱਲ ਰਹੀ ਹੈ ਜੰਗ ਹੋ ਰਿਹਾ ਹੈ ਮਾਰ ਹਜ਼ਾਰੋਂ ਨਾਸ਼ ਕਰੇ ਮਾਰ ਮਾਰ ਕੇ ਖਾਲਸੇ ਨੇ 70 ਲਾਹ ਦਿੱਤੇ ਹਨ ਇਹੋ ਜਿਹਾ ਜੰਗ ਕੀਤਾ ਹੈ ਵੈਰੀ ਦੀਆਂ ਲਾਸ਼ਾਂ ਦੇ ਢੇਰ ਤੇ ਢੇਰ ਚੜਾ ਦਿੱਤੇ ਹਨ ਬਹੁ ਲੋਟਤ ਹੈ ਲਗ ਘਾਵ ਕਰਾਲਾ ਖਾਲਸੇ ਦੇ ਮਾਰੇ ਹੋਏ ਤੁਰਕ ਪਹਾੜੀਏ ਧਰਤੀ ਤੇ ਲਟਦੇ ਰਹੇ ਹਾਏ ਹਾਏ ਕਰਦੇ ਨੇ ਬਾਜ ਮਰੇ ਜੋ ਤਜ਼ੀਨ ਪਰੇ ਕਿਤੇ ਘੋੜੇ ਮਰੇ ਪਏ ਨੇ ਕਾਠੀਆਂ ਸਮੇਤ ਦੇ ਕੇ ਪਏ ਨੇ ਕਿ ਤੇ ਛੂਛ ਫਿਰੇ ਅਸਵਾਰ ਅਨਦਾਲਾ ਤੇ ਕਿਦੇ ਘੋੜੇ ਸਵਾਰਾਂ ਨੂੰ ਸੁੱਟ ਕੇ ਖਾਲੀ ਦੌੜੇ ਫਿਰਦੇ ਨੇ ਘੋੜਿਆਂ ਦੇ ਉੱਤੇ ਕੋਈ ਨਹੀਂ ਵਾਰ ਉਹਦੀ ਵਾਰਲੀ ਵਾਰ ਸਰਿਆ ਐਸਾ ਜੁੱਧ ਹੋਇਆ ਹੈ 40 ਮੀਲਾਂ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ ਹਨ ਘੋਰ ਕਮੰਡ ਪ੍ਰਚੰਡ ਪਰਿਓ ਬੜਾ ਕਮੰਡ ਜੰਗ ਹੋਇਆ ਬੜਾ ਪ੍ਰਚੰਡ ਜਦ ਹੋਇਆ ਹੈ ਕਨਖੰਡ ਅਖੰਡ ਪਰੇ ਧਰਨੀ ਨਤ ਬਾਵਾ ਵੱਡੀਆਂ ਟੁਕੀਆਂ ਪਈਆਂ ਨੇ ਕਿਤੇ ਸਿਰ ਵੱਡੇ ਪਏ ਨੇ ਕਿਤੇ ਪੇਟ ਪਾੜੇ ਹੋਏ ਨੇ ਧਰਤੀ ਤੇ ਲਾਸ਼ਾਂ ਖਿਲਰੀਆਂ ਹੋਈਆਂ ਨੇ ਸਿੰਘ ਕੇ ਹੱਥ ਛੁੱਟੀ ਗੁਲਕਾਂ ਸਿੰਘਾਂ ਦੇ ਹੱਥ ਬੰਦੂਕ ਵਿੱਚੋਂ ਚੱਲਿਆ ਗੋਲੀਆਂ ਨੇ ਨਿਫਲੀ ਨਹਿ ਜਾਤ ਤੇ ਗੁਰੂ ਵਰਣੀ ਇਹ ਗੁਰੂ ਗੋਬਿੰਦ ਸਿੰਘ ਵਰ ਦਿੱਤਾ ਮੇਰੇ ਖਾਲਸੇ ਦੀ ਬੰਦੂਕ ਦਾ ਨਿਸ਼ਾਨਾ ਖਾਲੀ ਨਹੀਂ ਜਾਏਗਾ ਇਹ ਪਠਾਨ ਵੀ ਕਹਿੰਦੇ ਸੀ ਕਹਿੰਦੇ ਸਿੱਖ ਦੇ ਤਲਵਾਰ ਨਾਲ ਲੜਨਦੇ ਅਸੀਂ ਹਰਾ ਲਈਏ ਗੋਲੀ ਮਾਰਦੇ ਨੇ ਇਹਨਾਂ ਦੀ ਗੋਲੀ ਬੜੀ ਡਾਡੀ ਹੈ ਕਿਉਂਕਿ ਗੋਲੀ ਨਿਸ਼ਾਨੇ ਤੇ ਵੱਜਣੀ ਇਹ ਕੋਈ ਸੌਖਾ ਕੰਮ ਤਾਂ ਹੁੰਦਾ ਨਹੀਂ ਉਹਦੀ ਗੋਲੀ ਨਿਸ਼ਾਨੇ ਤੇ ਵੱਜਦੀ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਕੇ ਨਿਤਨੇਮ ਸੁਰਤੀ ਵਰਤੀ ਕਾਕਰ ਕੀਤੀ ਜene ਜੇਦਾ ਮਾਨੇਦਰ ਉਧਰ ਉਧਰ ਘੁੰਮਦਾ ਗੰਡ ਖੰਡਿਆ ਰਹਿਣਾ ਉਹਦੀ ਕੀ ਨਿਸ਼ਾਨੇ ਤੇ ਵਜਣੀ ਤੋ ਮਹਾਰਾਜ ਦੇ ਬਾਹਰ ਦਿੱਤਾ ਖਾਲਸੇ ਨੂੰ ਸਿੰਘਾਂ ਦੀ ਚੰਲੀ ਹੋਈ ਗੋਲੀ ਖਾਲੀ ਨਹੀਂ ਜਾਂਦੀ ਮਾਰ ਬਿਨਾਸ਼ਤ ਵੀਰ ਕੇ ਬਾਜ ਕੋ ਕਹਿੰਦੇ ਮਾਰ ਮਾਰ ਕੇ ਗੋਲੀਆਂ ਨਾਲ ਸਿੰਘਾਂ ਨੇ ਬਹਿਰੀਆਂ ਦੇ ਸੱਥਰ ਨਾ ਦਿੱਤੇ ਘੋੜੇ ਤੇ ਜਵਾਲ ਲਟਾ ਦਿੱਤੇ ਜ਼ਮੀਨ ਦੇ ਉੱਤੇ ਲਾਗਤ ਹੀ ਸੁ ਕਰ ਕਰਨੀ ਅਰ ਸਿੰਘਾਂ ਦੀ ਗੋਲੀ ਆਪਣਾ ਕੰਮ ਕਰ ਜਾਂਦੀ ਹੈ ਜਦੋਂ ਲੱਗਦੀ ਹੈ ਜਾ ਕੇ ਮੋਢੇ ਫਟੇ ਕਿਸ ਤੋਂ ਦੇ ਫਟੇ ਇਸ ਦੇ ਮੱਥੇ 'ਚ ਵੱਜੀ ਕਿਸੇ ਦੇ ਮੂੰਹ 'ਚ ਵੱਜੀ ਕਿਸੇ ਦੇ ਵੱਖੀ 'ਚ ਕਿਸੇ ਦੇ ਮੋਢੇ 'ਚ ਕਿਸੇ ਦੇ ਗੋਡੇ 'ਚ ਕਿਸ ਅੰਗ ਕਟੇ ਅਰ ਸੋ ਅਰਨੀ ਕਈਆਂ ਦੇ ਅੰਗ ਵੱਡੇ ਟੁੱਕੇ ਗਏ ਲੜਾਈ ਦੇ ਮੈਦਾਨ ਵਿੱਚ ਕੌ ਲਗ ਔਰ ਬਖਾਨ ਕਰੋ ਭਾਈ ਸਾਹਿਬ ਸਰਦੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਦਾ ਉਸ ਜੰਗ ਦਾ ਵਰਣਨ ਕਰਾਂ ਹਨ ਕਹਿ ਬਹੁ ਬੀਰ ਮਲੇਛ ਪਹਾੜੀ ਖਾਲਸੇ ਦੇ ਮਲੇਸ਼ਾ ਨੂੰ ਪਹਾੜੀਆਂ ਨੂੰ ਮਾਰ-ਮਾਰ ਕੇ ਤੇਰ ਲਾ ਦਿੱਤੇ ਬਾਹਰ ਲਾ ਦਿੱਤੇ ਸਿੰਘ ਸ਼ਹੀਦ ਪਏ ਸਗਰੇ ਹੌਲੇ ਹੌਲੇ ਉਹ ਸਿੰਘ ਵੀ ਸ਼ਹੀਦ ਹੋ ਗਏ ਜਿਹੜੇ ਰੋਪੜ ਦੇ ਕੋਲ ਖੜ ਕੇ ਵੈਰੀ ਦਾ ਮੁਕਾਬਲਾ ਕਰ ਰਹੇ ਸੀ ਪਟ ਪਾਂਚ ਬਚੇ ਤਨ ਹੋਏ ਸੁਮਾਰੀ ਉਹਨਾਂ ਸਿਰਫ ਪੰਜ ਸਿੰਘ ਬਚੇ ਬਾਕੀ ਸਭ ਸ਼ਹੀਦ ਹੋ ਗਏ ਪੰਜ ਸਿੰਘ ਉਹ ਵੀ ਜਿਹੜੇ ਸਨ ਬਾਲੇ ਜ਼ਖਮੀ ਲੋ ਲੋ ਆਣ ਕੱਪੜੇ ਭਿਜੇ ਲੈ ਕੇ ਦਸਵੇਂ ਪਾਤਸ਼ਾਹ ਕੋਲ ਪਹੁੰਚੇ ਸਨ ਸੂਰਜ ਗੈਨ ਪ੍ਰਕਾਸ਼ ਭਇਓ ਤਮ ਹੁਣ ਪੰਜ ਸਿੰਘ ਰਹਿ ਗਏ ਤੇ ਸੂਰਜ ਚੜ ਗਿਆ ਰੋਸ਼ਨੀ ਹੋ ਗਈ ਲੋ ਲੱਗ ਗਈ ਭਜ ਗਇਓ ਜਗ ਪੀ ਉਜਿਆਰੀ ਕਹਦੇ ਮੇਰਾ ਭਜ ਗਿਆ ਤੇ ਪ੍ਰਕਾਸ਼ ਹੋ ਗਿਆ ਦਿਨ ਚੜ ਗਿਆ ਸ਼੍ਰੋਣਤ ਚੂਵਤ ਸੋਗਮਨੇ ਮਗ ਇਹ ਸਤ ਕੋ ਦਾ ਦਿਨ ਸੀ ਲੋ ਪਿੰਡੇ ਜੋ ਵਗ ਰਿਆ ਸੀ ਕੱਪੜੇ ਭਿੱਜੇ ਸੀ ਸੱਟਾਂ ਬਹੁਤ ਵੱਜੀਆਂ ਸੀ ਉਹ ਪੰਜੇ ਸਿੰਘ ਲਹੂ ਲੁਹਾਣ ਅਗਾ ਨੂੰ ਦੌੜੇ ਘੋੜੇ ਲੈ ਕੇ ਰੋਪੜ ਵੱਲ ਤੋਂ ਟੱਪ ਗਏ ਖੋਜ ਪਲੇ ਪ੍ਰਭ ਕੀ ਅਸਵਾਰੀ ਉਹ ਮਹਾਰਾਜ ਦੀ ਸਵਾਰੀ ਲੱਭ ਰਹੀ ਸੀ ਵੀ ਗੁਰੂ ਜੀ ਕਿੱਧਰ ਗਏ ਹਨ ਪਿੱਛਾ ਕਰ ਰੇ ਸੇ ਪੁੱਛਦੇ ਪੁਛਾਂਦੇ ਜਾ ਰਹੇ ਸੀ ਦੋਹਰਾ ਕਈ ਹਜ਼ਾਰ ਨ ਸਤਰ ਕੋ ਕਹਦੇ ਕਈ ਹਜ਼ਾਰ ਹੀ ਹਜ਼ਾਰਾਂ ਵੈਰੀਆਂ ਨੂੰ ਮਗਲ ਔਰ ਕੀਨ ਬినాਸ਼ ਜੰਗ ਦੇ ਮੈਦਾਨ ਵਿੱਚ ਮਾਰ ਕੇ ਸਰਸਾ ਨਦੀ ਤੋਂ ਸ਼ਾਹੀ ਟਿੱਬੀ ਤੋਂ ਲਾਸ਼ਾਂ ਤੁਰਕਾਂ ਦੀਆਂ ਕਹਿੰਦੇ ਰੋਪੜ ਤਾਂ ਖਿੰਦਰੀਆਂ ਸਨ ਸਿੰਘਾਂ ਦੀਆਂ ਵੀ ਖਿੰਦਰੀਆਂ ਸਨ ਪਰ ਬੱਚਿਆਂ ਬੀਬੀਆਂ ਬੁੱਢਿਆਂ ਦੀਆਂ ਵੀ ਖਿੰਦਰੀਆਂ ਸਨ ਪਰ ਜਿੰਨੇ ਸਿੰਘ ਸ਼ਹੀਦ ਹੋਏ ਸੀ 500 ਸਿੰਘ ਸੀ ਮਹਾਰਾਜ ਦੇ ਨਾਲ ਜਿਨ੍ਹਾਂ ਚੋਂ 40 ਸਮਝੋ ਅੱਗੇ ਗਏ ਬਾਕੀ 460 ਸਿੰਘ ਜਿਹੜੇ ਸੀਗੇ ਉਹ ਰੋਪੜ ਤੱਕ ਸ਼ਹੀਦ ਹੋ ਗਏ ਸਨ ਸੋ ਬਾਕੀ ਬੀਬੀਆਂ ਬੱਚੇ ਬੁੱਢੇ ਔਰ ਆਮ ਲੋਕ ਜਿਹੜੇ ਸੀ ਉਹ ਜਿਆਦਾ ਵਿਚਾਰੇ ਮਾਰੇ ਗਏ ਸੀਗੇ ਤੋਂ ਕਹਿੰਦੇ ਇਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਾਲਸੇ ਨੇ ਭਵੇਂ ਆਪ ਤਾਂ ਬੜੇ ਸ਼ਹੀਦ ਹੋਏ ਜਿੱਥੇ ਉਹ 500 ਸ਼ਹੀਦ ਹੋਏ ਉੱਥੇ ਉਹਨਾਂ ਨੇ 5000 ਤੋਂ ਵੱਧ ਵੈਰੀ ਦੇ ਆਹੂ ਲਾ ਛੱਡੇ ਦੂਰ ਦੂਰ ਤੱਕ ਨਾਸ਼ਾ ਹੀ ਨਾਸ਼ਾ ਖਿਲਾਰ ਦਿੱਤੀਆਂ ਆਨੰਦਪੁਰ ਰੋਪੜ ਲਗੋ ਕਹਿੰਦੇ ਵੈ ਦੂਰ ਦੂਰ ਤਾਈਂ ਨਾਦਪੁਰ ਤੋਂ ਲੈ ਕੇ ਰੋਪੜ ਤੱਕ ਮਰੇ ਪਰੇ ਪਟ ਰਾਸ ਕਹਿੰਦੇ ਹਜ਼ਾਰਾਂ ਲੱਖਾਂ ਵੈਰੀ ਮਰਿਆ ਪਿਆ ਸੀਗਾ ਉਡੇ ਬਹਿੰਗਮ ਆਦ ਗ੍ਰਿਧ ਉਹ ਨਾਸ਼ਾ ਦਾ ਮਾਸ ਖਾਣ ਲਈ ਜਿੱਦਾਂ ਇਲਾਕਾ ਪੰਛੀ ਉਡ ਉੱਡ ਕੇ ਆਣ ਲੱਗ ਪਏ ਆ ਮਿਖ ਖਾਏ ਪ੍ਰਮਾਹੇ ਕਹਦੇ ਉਹ ਲਾਸ਼ਾਂ ਦਾ ਮਾਸ ਖਾ ਖਾ ਕੇ ਤੇ ਬੋਟੀਆਂ ਖਾ ਖਾ ਕੇ ਕਿੱਦਾਂ ਜਿਹੜੀਆਂ ਸੰਨ ਉੱਥੇ ਉੱਡ ਰੀਆਂ ਸੰਨ ਬੀਚ ਕੋਸ ਲਗ ਬੀਚ ਮੇ ਵੀ ਕੋ ਵੀ ਕੋ ਕੋ ਪ੍ਰਾਣੇ ਹੁੰਦੇ ਨਾ ਅੱਜ ਕਿਲੋਮੀਟਰ ਕਿਲੋਮੀਟਰ ਤੋਂ ਵੱਡਾ ਮਾਈਲ ਤੇ ਮਾਈਲ ਤੋਂ ਵੱਡਾ ਕੋ ਹੁੰਦਾ ਤੇ ਉਹ ਅਨੰਦਪੁਰ ਸਾਹਿਬ ਉਧ ਦਾ 50 ਕਿਲੋਮੀਟਰ ਬਣਦਾ ਰੋਪੜ ਤੋਂ ਤੇ ਜੇ ਕੋ ਬਣਾਈਏ ਤੇ 20 ਕੋ ਬਣਦਾ ਤੋਂ 20 ਕੋ ਦੇ ਵਿੱਚ ਪੰਲ ਪੱਖੀ ਦਿਖ ਰਾਹੇ ਮਾਸ ਖਾਣ ਵਾਲੇ ਜਾਨਵਰ ਹੀ ਫਿਰਦੇ ਸਨ ਹੁਣ ਬੰਦਾ ਕੋਈ ਜੀਉਦਾਰੀ ਸਿਰਿਆ ਘੋੜੇ ਵੀ ਮਰ ਗਏ ਬੰਦੇ ਵੀ ਮਰ ਗਏ ਹਾਂ ਕੁੱਤੇ ਗਿੱਦੜ ਇਲਾਕਾ ਮਾਸ ਖਾਣ ਵਾਲੇ ਜਾਨਵਰ ਉਹ ਹੁਣ ਜਿਉਂਦੇ ਸਨ ਉੱਥੇ ਉਹ ਖਾ ਰਹੇ ਸਨ ਮੁਰਦਿਆਂ ਨੂੰ ਬਾਜੀ ਬੀਰ ਹਜ਼ਾਰ ਹੀ ਕਹਦੇ ਹਜ਼ਾਰਾ ਘੋੜੇ ਤੇ ਹਜ਼ਾਰਾਂ ਹੀ ਜਵਾਨ ਜਿੱਤ ਕਿਤ ਮਰੇ ਦਿਖੰਤ ਜਿੱਦ ਕਿਤ ਮਰੇ ਨਜ਼ਰ ਆ ਰਹੇ ਸਨ ਜੰਬਕ ਕੂਕਰ ਕਾਕ ਖਗ ਗਿੱਦੜ ਕੁੱਤੇ ਕਾਤ ਪੰਛੀ ਕੰਕ ਸੋ ਗੀਦ ਪ੍ਰਮੰਤ ਚਿੱਟਿਆ ਜੀਲਾ ਦੇ ਗਿੱਦੜ ਉੱਡ ਰਹੀਆਂ ਸਨ ਮਾਸ ਖਾ ਰਹੀਆਂ ਸਨ ਬੋਟੀਆਂ ਖਾ ਖਾ ਕੇ ਉਗਲਦੀਆਂ ਸਨ ਲੱਖੋ ਦਲ ਸੁਚਾਤ ਗੁਰ ਤੇ ਗੁਰੂ ਦੇ ਪਿੱਛੇ ਲੱਖਾਂ ਫੌਜਾਂ ਹੋਰ ਚੜੀਆਂ ਆਉਂਦੀਆਂ ਸਨ ਮਾਰਤ ਮਰਤੇ ਆਏ ਮਾਰਦੇ ਮਰਦੇ ਆ ਰਹੇ ਸਨ ਪਰਿਓ ਖੇਤ ਲਰ ਪਟਨ ਕੋ ਲੜਾਈ ਦਾ ਬੜਾ ਵੱਡਾ ਕਮਸਾਨ ਦਾ ਜੰਗ ਹੋਇਆ ਸੀ ਸੁਪਤ ਮਨੋ ਬਹੁ ਥਾਏ ਸਾ ਸਾ ਦੇ ਸੂਰਮਿਆਂ ਦੀਆਂ ਲਾਸ਼ਾਂ ਪਈਆਂ ਸੀ ਮਾਨੋ ਸੂਰਮੇ ਥੱਕ ਕੇ ਸੁੱਤੇ ਪਏ ਸਨ ਸਿੰਘ ਸੈਂਕੜੇ ਮ੍ਰਿਤ ਪਰੇ ਸੈਂਕੜੇ ਸਿੰਘ ਲਗਭਗ 450 ਪੌਣੇ ਵਾਨੀਸੋ ਸਿੰਘ ਤਾਂ ਉੱਥੇ ਤੱਕ ਸ਼ਹੀਦ ਹੋ ਗਿਆ ਸੀ ਤੁਰਕ ਪਹਾੜੀ ਬ੍ਰਿੰਦ ਤੇ ਪਹਾੜੀ ਤੇ ਤੁਰਕਾਂ ਦਾ ਸਾਥ ਸੰਗਤ ਜੀ ਕੋਈ ਹਿਸਾਬ ਨਹੀਂ ਸੀ ਉਹ ਹਜ਼ਾਰਾਂ ਵਿੱਚ ਮਾਰੇ ਗਏ ਸਨ ਦਿਵਸ ਚੜੇ ਜਾਣੇ ਪਰੇ ਸੋ ਜਦੋਂ ਦਿਲ ਚੜਿਆ ਉਦੋਂ ਪਤਾ ਲੱਗਾ ਰਾਤ ਤੱਕ ਇਹ ਪਤਾ ਹੀ ਨਹੀਂ ਲੱਗਾ ਆਪਣਾ ਕਿਹੜਾ ਬਗਾਨਾ ਕਿਹੜਾ ਵੱਢੀ ਆਏ ਤੁਰਕ ਆਪਣੇ ਨੂੰ ਹੀ ਮਾਰੀ ਆਏ ਕਈਆਂ ਚਾਚਿਆਂ ਦੇ ਭਤੀ ਜੇ ਮਾਰਤੇ ਮਾਮਿਆਂ ਦੇ ਭਣੇਵੇਂ ਮਾਰਤੇ ਪਿਵਾਂ ਨੇ ਪੁੱਤ ਮਾਰਤੇ ਨੇਰੇ ਦੇ ਵਿੱਚ ਕੀ ਪਤਾ ਲੱਗਦਾ ਕੌਣ ਤੋ ਹੁਣ ਸਵੇਰੇ ਪਤਾ ਲੱਗਾ ਵੀ ਅਸੀਂ ਤਾਂ ਆਪਣੀਆਂ ਹੀ ਫੌਜਾਂ ਮਾਰ ਬੈਠੇ ਆਂ ਦੂਰ ਦੂਰ ਤੱਕ ਲਾਸ਼ਾਂ ਹੀ ਲਾਸ਼ਾਂ ਫਿਰ ਲਬਦੀਆਂ ਸਾਨੂੰ ਪਾਖਮਸਾਨ ਬਲੰਦ ਸੋ ਬੜਾ ਕਰੁਸਾਨ ਦਾ ਜੰਗ ਹੋਇਆ ਸਾਧ ਸੰਗਤ ਜੀ ਅੱਜ ਉਹ ਜੋ ਦਿਹਾੜਾ ਆਪਾਂ ਮਨਾ ਰਹੇ ਆਂ ਸਾਬ ਜਦਿਆਂ ਦੇ ਸ਼ਹੀਦੀ ਦਿਹਾੜੇ ਇਹ ਕਥਾ ਜ਼ਰੂਰੀ ਸਾਨੂੰ ਸੁਣਨੀ ਚਾਹੀਦੀ ਏ ਇੰਨਾ ਹੀ ਸੁਣ ਲੈਂਦੇ ਆਂ ਵੀ ਅਸੀਂ ਵੀ ਅਨੰਦਪੁਰ ਦਾ ਕਿਲਾ ਛੱਡਿਆ ਤੇ ਚਾਲੀ ਸਿੰਘ ਤੇ ਮਹਾਰਾਜ ਉੱਥੇ ਸ਼ਹੀਦ ਹੋ ਗਏ ਤੇ ਬਾਕੀ ਸਾਹਿਬ ਜاده ਛੋਟੇ ਉਹ ਇਤਿਹਾਸ ਦਾ ਮੇਨ ਪੱਖ ਹੈ ਪਰ ਜਿਹੜਾ ਅਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਜੰਗ ਹੋਇਆ ਔਰ ਉਹ 500 ਸਿੰਘ ਸ਼ਹੀਦ ਹੋਏ ਨੇ ਜਾਂ ਜਿਹੜੇ ਹੋਰ ਪਰਿਵਾਰ ਬੱਚੇ ਬੀਬੀਆਂ ਬੁੱਢੇ ਸ਼ਹੀਦ ਹੋਏ ਉਹਨਾਂ ਦਾ ਵੀ ਧਿਆਨ ਤਰ ਕੇ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਸਾਰਿਆਂ ਨੂੰ ਯਾਦ ਕਰਨੇ ਚਾਹੀਦੇ ਸਾਰੇ ਇੱਕੋ ਜਿਹੇ ਸਨ ਗੁਰੂ ਦੇ ਪੁੱਤਰ ਸਨ ਗੁਰੂ ਦੇ ਪਿਆਰੇ ਸਨ ਸਾਰਿਆਂ ਦਾ ਇਤਿਹਾਸ ਚੇਤੇ ਕਰਨਾ ਜ਼ਰੂਰੀ ਹੈ ਇਤਨੇ ਬਚਨ ਪ੍ਰਵਾਨ ਕਰਨੇ ਹੈ ਗੋਬਿੰਦ ਹੈ ਗੋਪਾ